ਮਾੜਾ ਮੋਟਾ ਆਪੇ ਹੀ ਹੋ ਜਾਣਾ ਲੋ ਬਾਬਿਆਂ ਦਾ ਨਾਮ ਉਹ ਵੀ ਸੱਚੇ ਦਿਲੋਂ ਠੀਕ ਹੈ ਨਾ ਵਜਾਓ ਬਾਬਾ ਫਤਿਹ ਸ਼ਾਹ ਜੀ ਦੇ ਨਾਮ ਤੇ ਤਾਲੀਆਂ ਆਪੇ ਹੀ ਸੈੱਟ ਹੋ ਜਾਣਾ ਸਾਰਾ ਕੁਝ ਸੁਰ ਸੁਰ ਚ ਹੋ ਗਿਆ ਸੁਰੀਲਾ ਪਰਿਵਾਰ ਸੋ ਜਨਾਬ ਕਨਵਰ ਗਰੇਵਾਲ ਸਾਹਿਬ ਥੈਂਕ ਯੂ ਕੀ ਗੱਲ ਤੁਸੀਂ ਨਹੀਂ ਤਾਲੀਆਂ ਵਜਾਉਣੀਆਂ ਤੁਸੀਂ ਆਏ ਨਹੀਂ ਮਸਤਾਂ ਦੇ ਵਿਹੜੇ ਚ ਵਜਾਓ ਖੁੱਲ ਕੇ ਤਾਲੀਆਂ ਥੈਂਕ ਯੂ ਬਲਰਾਜ ਭਾਜੀ ਕੋਈ ਆਸ਼ੀਰਵਾਦ ਦਿਓ
ترجمة
يا
ਨਹੀਂ ਜਾਂਦੀ ਇਹ ਕਿੱਥੋਂ ਆਇਆ ਇਹਦੀ ਉਪਜ ਕਿੱਥੋਂ ਆਈ ਹੈ ਇਹ ਵੀ ਜਾਣ ਲਈ ਚੰਗਾ ਹੋਊਗਾ ਉਧਰ ਮਾਲਵੇ ਵਾਲੇ ਪਾਸੇ ਸੰਗਰੂਰ ਦੇ ਲਾਗੇ ਇੱਕ ਨਗਰ ਹੈ ਮਸਤੂਣਾ ਸਾਹਿਬ ਸਾਡੇ ਬਾਪੂਆਂ ਨੂੰ ਪਤਾ ਹੋਣਾ ਮਸਤੂਣਾ ਸਾਹਿਬ ਉਥੋਂ ਦੇ ਮਹਾਂਪੁਰਸ਼ ਹੋਇਆ ਸੰਤ ਬਾਬਾ ਅਤਰ ਸਿੰਘ ਜੀ ਤੇ ਮਾਂ ਮਰੀਓ ਇਹ ਉਹਨਾਂ ਦੀ ਦੇਣ ਹੈ ਜਦੋਂ ਦੀਵਾਨ ਲੱਗਦੇ ਵਾਜੇ ਢੋਲਕੀ ਤੇ ਚਿਮਟੇ ਨਾਲ ਪਹਿਲੋਂ ਮਹਾਂਪੁਰਸ਼ ਗਾਉਂਦੇ ਵਾਹ ਵਾਹ ਮੌਜ ਫਕੀਰਾਂ ਦੀ ਮਗਰ ਜਥਾ ਗਾਉਂਦਾ ਤੇ ਮਗਰ ਫਿਰ ਸੰਗਤ ਬੋਲਦੀ ਇਹ ਉਹਨਾਂ ਦਾ ਕਲਚਰ ਹੈ ਰਾਜ ਭਾਈ ਇਹ ਉਹਨਾਂ ਦੀ ਦੇਣ ਹੈ ਬਾਬਿਆਂ ਦੀ ਔਰ ਇਹ ਵਾਧਾ 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 ਦੇਖ ਲਓ ਹੁਣ ਜੀ ਲੱਗਦਾ ਬਾਬੇ ਵਿੱਚ ਮੈਨੂੰ ਕਰਦੇ ਵਿੱਚੋਂ ਇੱਥੇ ਕੋਈ ਵੀ ਮੈਂ ਬਲਰਾਜ ਵੀਰ ਕੋਈ ਗਾਉਂਦਾ ਹੋਵੇ ਉਹ ਨਹੀਂ ਮੈਨੂੰ ਰੱਖਦਾ ਲਫ਼ਜ਼ ਕੀ ਹੈ ਉਹ ਕਲਚਰ ਕੀ ਹੈ ਉਹਦਾ ਰੰਗ ਕੀ ਹੈ ਉਹਦਾ ਅਸਰ ਕੀ ਹੈ ਸੋ ਉਹੀ ਚੰਗਾ ਲੱਗਦਾ ਤੁਹਾਨੂੰ ਕਦੇ ਤਾਂ ਸਾਧੂ ਭੁੱਖੇ ਸੌਂਦੇ ਕਦੇ ਤਾਂ ਸਾਧੂ ਭੁੱਖੇ ਸੌਂਦੇ ਕਦੇ ਖੁਸ਼ਬੂ ਲੈਂਦੇ ਖੀਰਾਂ ਦੀ ਵਾਹ ਵਾਹ ਵਾਹਿਗੁਰੂ 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 ਵਾਹਿਗੁਰੂ
ਆਪਾਂ ਫਗਵਾੜੇ ਦੇ ਲੱਗੇ ਆ ਉਧਰ ਨਵਾਂ ਸ਼ਹਿਰ ਵਾਲੇ ਪਾਸੇ ਖਾੜਾ ਕਾ ਤੂੰ ਸਵਾਲ ਆਏਗਾ ਤੈਨੂੰ ਆਏ ਤਾਂ ਪਤਾ ਨਹੀਂ ਤੂੰ ਕਿੱਥੇ ਆ ਕਈ ਸੋਚਦੇ ਹੋਣਗੇ ਵੀ ਤੂੰ ਫਿਰ ਮਾਮਾ ਵਰਤ ਕਰਨ ਕੀ ਆਇਆ ਤੈਨੂੰ ਪਤਾ ਨਹੀਂ ਤੂੰ ਕਿੱਥੇ ਆ ਉਹ ਮੇਰੇ ਯਾਦ ਆ ਗਿਆ ਵੀ ਆ ਜਿਹੜਾ ਵਾਹਿਗੁਰੂ ਅੱਲਾ ਰਾਮ ਹਰੀ ਓਮ ਆਪਾਂ ਬੋਲਦੇ ਗਾਉਂਦੇ ਆ ਨਾ ਜਪਦੇ ਆ ਇੱਥੇ ਨਵੇਂ ਸ਼ਹਿਰ ਦੇ ਲਾਗੇ ਨਾ ਇੱਕ ਪਿੰਡ ਸੀਗਾ ਪੱਲੀ ਚਿੱਖੀ ਪੱਲੀ ਚਿੱਖੀ ਉੱਥੇ ਇੱਦਾਂ ਹੀ ਪ੍ਰੋਗਰਾਮ ਸੀ ਕਿਸੇ ਜਗ੍ਹਾ ਤੇ ਤੁਹਾਡੇ ਵਰਗੇ ਕਮਲੇ ਦੇ ਲੋਕ ਸੀ ਤੇ ਉੱਥੇ ਨਾ ਮੈਨੂੰ ਲੱਗਿਆ ਵੀ ਇਹ ਗੀਤਾਂ ਤੋਂ ਬਿਨਾਂ ਵੀ ਇਹ ਸਿਮਰਨ ਵੀ ਕਰ ਸਕਦੇ ਆ ਅਸੀਂ ਉੱਥੇ ਸ਼ੁਰੂ ਕਰ ਲਿਆ ਆਪਦਾ ਕੰਮ ਤੇ ਬੇਬੇ ਵਾਹਿਗੁਰੂ ਕਰੀ ਗਏ ਪੰਜ ਮਿੰਟ ਦਸ ਮਿੰਟ ਪੰਦਰਾਂ ਮਿੰਟ ਮੈਂ ਉਹਨਾਂ ਨੂੰ ਨਾ ਆਉਂਦਾ ਹੋਇਆ ਗੱਲ ਕਹਿ ਕੇ ਆਇਆ ਮੈਂ ਕਿਹਾ ਦੇਖ ਅੱਜ ਤਾਂ ਮੈਂ ਪੈਸੇ ਲੈ ਕੇ ਆਇਆ ਸੀ ਤੇ ਮੈਨੂੰ ਗੀਤ ਗਾਉਣੇ ਪੈਣੇ ਸੀ ਮੈਂ ਕਿਹਾ ਤੁਸੀਂ ਇੱਕ ਦਿਨ ਇਕੱਲਾ ਇਹੀ ਕੰਮ ਰੱਖ ਲਓ ਵੀ ਦਰਗਾਹ ਤੇ ਬੈਠੇ ਹੋ ਕੋਈ ਪੀਰ ਦੀ ਜਗ੍ਹਾ ਸੀ ਉੱਥੇ ਬੈਠੇ ਹੋ ਤੇ ਮੈਂ ਕਿਹਾ ਆਪਾਂ ਆਹੀ ਕੰਮ ਕਿਤੇ ਘੰਟਾ ਡੇਢ ਘੰਟਾ ਆਹੀ ਕਰ ਲਈਏ ਗੱਲਾਂ ਬਾਪੂ ਜੀ ਉਹ ਮੰਨ ਗਏ ਉਹ ਬੰਦੇ ਮੰਨ ਗਏ ਹੁਣ ਤੁਸੀਂ ਦੇਖ ਲਓ ਵੀ ਇੱਕ ਪੀਰ ਦੀ ਦਰਗਾਹ ਹੈ ਨਵਾਂ ਸ਼ਹਿਰ ਦੇ ਲਾਗੇ ਪੱਲੀ ਚਿੱਖੀ 11 ਤਰੀਕ ਨੂੰ ਤੜਕੇ 10 ਵਜੇ ਉੱਥੇ ਯਾਰ ਆਹੀ ਸੰਗਤ ਆਊਗੀ ਤੇ ਉੱਥੇ ਹੁਣ ਮਰਜ਼ੀ ਉਹਨਾਂ ਦੀ ਹੈ ਵਾਹਿਗੁਰੂ ਰਾਮ ਹਰੀ ਓਮ ਅੱਲਾ ਜੋ ਬੋਲਣਾ ਹੋਇਆ ਉਹੀ ਬੋਲ ਲਾਂਗੇ ਪਰ ਉੱਥੇ ਸਿਮਰਨ ਹੋਊਗਾ ਉੱਥੇ ਮੈਡੀਟੇਸ਼ਨ ਹੋਊਗੀ ਯਾਰ ਉੱਥੇ ਲੋਕ ਨਾਮ ਜਪਣਗੇ ਬਹਿ ਕੇ ਕਿੱਡੀ ਸੋਹਣੀ ਗੱਲ ਹੈ ਅੱਜ ਕੱਲ੍ਹ ਚਸਕਾ ਪੈ ਗਿਆ ਵੀ ਗਾਉਣ ਵਾਲਾ ਲੱਗਿਆ ਲੱਤਾਂ ਬਾਹਾਂ ਜੀਆਂ ਮਾਰੂਗਾ 2 ਘੰਟੇ ਚਲੋ ਇਹ ਸਵਾਦ ਲੈ ਕੇ ਆਈਏ ਸਵਾਦ ਨਾਲ ਆਓ ਪੰਜਾਬ ਵਾਲਿਓ ਸਵਾਦ ਦੇ ਪੱਟੇ ਦਾ ਪਹਿਲਾਂ ਲਾਹੌਰ ਲੱਗੇ ਪਏ ਹੈ ਇਹ ਥਾਵਾਂ ਕਰਮਾਂ ਨਾਲ ਮਿਲਣਗੀਆਂ ਆਹ ਜਿਹੜੀ ਜੁੜੰਤ ਹੈ ਆਹ ਮਹਿਫਲ ਹੈ ਸਭਾ ਹੈ ਇਹ ਉੱਚੇ ਭਾਗਾਂ ਨਾਲ ਮਿਲੂਗੀ ਇੱਥੇ ਬਹਿ ਕੇ ਗਵਈਆ ਉਹ ਸੁਣੀ ਜਿਹੜਾ ਤੇਰੇ ਨਾਲ ਤੇਰੇ ਹਾਣ ਦੀ ਗੱਲ ਕਰੇ ਤੇ ਗੱਲ ਉਹ ਕਰੀ ਜਿਹੜੀ ਤੈਨੂੰ ਅੱਗੇ ਦਰਗਾਹ 'ਚ ਸਹਾਈ ਹੋਵੇ ਇਕੱਲੇ ਤੂੰ ਮੈਂ ਢੋਲਕੀਆਂ ਵਾਜੇ ਸੁਣ ਕੇ ਨਾ ਮੁੜ ਜੀ ਬਾਬਾ ਬਹੁਤ ਬਹੁਤ ਕਮਾਲ ਦਾ ਸਮਾਂ ਆਇਆ ਜੇ ਕਿਤੇ ਇਹ 'ਚੋਂ ਖੱਟਣਾ ਆਉਂਦਾ ਹੋਵੇ ਕਿਸੇ ਨੂੰ ਤਾਂ ਖੱਟ ਲਓ ਬਾਬੇ ਉਹ ਖੱਟ ਲਓ ਹਿੰਦੂ ਵੀ ਤੂੰ ਸਿੱਖ ਵੀ ਤੂੰ ਮੁਸਲਿਮ ਵੀ ਤੂੰ ਮੈਂ ਵੀ ਤੂੰ ਤੂੰ ਵੀ ਤੂੰ ਸਭ ਕੁਛ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਮੂਵੀ ਵਾਲਾ ਵੀ ਤੂੰ ਲਾਈਟਾਂ ਵਾਲਾ ਵੀ ਤੂੰ ਟੈਂਟ ਵਾਲਾ ਵੀ ਤੂੰ ਸਟੇਜ ਵਾਲਾ ਵੀ ਤੂੰ ਗਾਉਣ ਵਾਲਾ ਵੀ ਤੂੰ ਗਵਾਉਣ ਵਾਲਾ ਵੀ ਤੂੰ ਸੁਣਨ ਵਾਲਾ ਵੀ ਤੂੰ ਸੁਣਾਉਣ ਵਾਲਾ ਵੀ ਤੂੰ ਖਾਣ ਵਾਲਾ ਵੀ ਤੂੰ ਖਵਾਉਣ ਵਾਲਾ ਵੀ ਤੂੰ ਨੱਚਣ ਵਾਲਾ ਵੀ ਤੂੰ ਨਚਾਉਣ ਵਾਲਾ ਵੀ ਤੂੰ ਲਾਉਣ ਵਾਲਾ ਵੀ ਤੂੰ ਤੇ ਭਾਉਣ ਵਾਲਾ ਵੀ ਤੂੰ ਸਵਾਰਨ ਵਾਲਾ ਵੀ ਤੂੰ ਤੈ ਤ ਤ ਤ ਤੈ ਤ ਤੈ ਤ ਤ ਤੈ ਹੁਣ ਆਏ ਨਾ ਕਹਿ ਦੋ ਵੀ ਸੱਸ ਵੀ ਤੂੰ ਤੈਨੂੰ ਵੀ ਤੂੰ ਰੱਬ ਨਾ ਰੱਬ ਲੜੀ ਜਾਂਦਾ ਹੈ ਕੋਈ ਗੱਲ ਨੀ ਆਈ ਡੋਂਟ ਕੇਅਰ ਉਹੀ ਆ ਮਾਂ ਮੇਰੀਓ ਜਿੱਥੇ ਮਰਜ਼ੀ ਦੇਖ ਲਓ ਪਿੰਡ ਵਾਲਿਓ ਉਹੀ ਹੈ ਚੋਰ 'ਚ ਵੀ ਉਹੀ ਹੈ ਸਾਧ 'ਚ ਵੀ ਉਹੀ ਹੈ ਗੋਰੇ 'ਚ ਵੀ ਉਹੀ ਹੈ ਤੇ ਕਾਲੇ 'ਚ ਵੀ ਉਹੀ ਹੈ ਬਾਲੇ ਪੜ੍ਹੇ ਲਿਖੇ 'ਚ ਵੀ ਉਹੀ ਹੈ ਤੇ ਜਵਾਨ ਬੂਠਾ ਸ਼ਾਪ 'ਚ ਵੀ ਉਹੀ ਹੈ ਤੂੰ ਹੀ ਤੂੰ ਤੂੰ ਹੀ ਤੂੰ ਹੈ ਤੂੰ ਹੀ ਤੂੰ ਤੂੰ ਹੀ ਤੂੰ ਹੈ ਓਹ
آج دے اس بہت کرما والے بھاگ والے سمے وچ بیٹھے میرے بہت ستکار یوگ انہاں بزرگاں نوں بابیاں نوں اور بہت ستکار یوگ میری ماواں ساڈیاں سب دیاں ماواں تے بالیاں پیاریاں ماواں اور میری بہناں نوں اور چڑھدی کلا وچ بیٹھے ساڈے باپو شری ساڈے لانےدار پیو ساڈے اور تمام میرے ویر دوست برا متر سارے چھوٹے بچے یہ موویاں بنا والے برا آ ٹینٹ لاؤن والے ویر ساؤنڈ والے ساڈے برا امیٹ بچھاؤن والے سٹیجاں لاؤن والے ایتھے اپنی دکانا لا کے اپنی کرت کمائی کرنا ہے یہ سارے مزدور کرتی بھن برا سارے اور اس دربار چ آپو اپنی سیوا چ مگن وہ سارے سیوادار بھن برا جڑے لگے ہوئے ہیں تھوڑا سب کا خیال رکھ رہے ہیں سو تھوڑے سارے دے اندر وستے اس پرماتما اس پرماتما اس پرم شکتی میرا کوٹی کوٹ پرنام قبول کرو بہت بہت آدر ستکار تھوڑا سب کا آجو جنہ سما مہاراج بخش دے وہ نام دے سولے وہ نام دیا وڈیائیاں ایک ایک کر کے یہ گیت میرے ذہن چاہتا ہے گیت کا نام ہے مجبی سنگھ رنگ ریٹیا گرو دے رنگ رنگیا رنگی راگی رہ وسدا او رنگ ریٹیا او بابیا سو میرے رنگ ریٹے پروار چوں او مہان یودھے جنہوں نے بابیا کا لڑ نہیں چھڈیا بابے کے لانے دے بن کے رہے اور اج تک بنے ہوئے ہے انہوں یودھیا کی گاتھا مجبی سنگا مجب دیا پکیا تو رنگریٹا گرو کا بیٹا آجو ایک کلام پیش کر لگیا تھوڑے سامنے تاڑی مار لو یار اور ایک منٹ دس دو بھی سپیکر آواز پروپر سمجھ آ رہی ہے اینی اپس اینڈ ڈاؤنس برو ایوری تھنگ گون این رائٹ وے یس مکھن سنگھ یہ بھائی سانو کہہ دیں پیش کرنے والے نے یہی گوا والے نے یہ سکیریاں نے سڈیا بہت سونیا سونیا اور ساری سکیری دیکھو کہہو جی ہے اسی ہور کدھر نہیں ملتے ایتھے ہی ملتے ہیں نہ یہ ملتے ہیں کتنے ہور تو نہ مینو مل دیا یہاں کتنے ہور ایتھے ہی ملتے ہیں اور ایتھوں ہی بس گل بات ہو جاتی ہے آ جاؤ مجبی سنگھ بابے پیش کر لگے ایک تو منیٹر چو ڈھول تھوڑا ڈاؤن کر لگا بے اتنے نا تبلے کی گبھی پا جائے تھوڑی شارپ وہ لو فریکوینسی تھوڑی کٹ کر ویسے بھی آل اوور سٹیج دے تھوڑے ہائی سنا دے تھوڑا جی مسجد گرو دوارے اور ساڈے پولیس آفیسر صاحبان ساڈیاں کڑیاں ادھر وردی چ بیٹھی ہیں بہت بہت پیار ستکار تہاڈے لئی افسرو بہت بہت پیار ستکار مندر مسجد گرو دوارے اکو جے تکی سارے مندر مسجد گرو دوارے اکو جے تکی سارے پوچھی نہ دھرما بارے پوچھی نہ دھرما بارے سا
سب نال ہسدا کھلدا رہ او میری ذات گوت نہ پچھی بندہ بن کے ملدا رہ میری ذات گوت نہ او پچھی بندہ بن کے ملدا رہ زندگی موت نال پئی کھیندی اے زندگی موت نال پئی کھیندی رشتے داری نہ یاری رہندی زندگی موت نال پئی کھیندی رشتے داری نہ یاری رہندی آخر دنیا چھڈنی پیندی اے دنیا چھڈنی پیندی او تینوں اکھیاں رون گیاں تو لکڑاں دے اتے لکڑاں بلدیاں ہون گیاں وے سجنا تو لکڑاں دے اینی کہانیاں بابے ہو اینی کہانیاں ہے ہن ایتھے جے میں ہوائی جہاز بن کے ترے پھراں وی ویایم کمر کرے وال تے کسے نوں کی پا ترے پھر آہی کتے ایتھے تھونوں اے محسوس کرا جاں کہ میں تھوڑا ہی ہاں تے کر کے تے میں کرتی گیا نا اپدی پر اے گلاں تا ہون گیاں جے دھرم دی کٹڑتا والا ڈنڈا پاسے ہے جے آ ذاتاں پات والا بندے نوں بندا دیندا ہے تا ہو سکدا ہے نہیں تے ایتھے کئی تے اپدی ذات دے سر تے ہی ہوائی جہاز بنے پھردے ایتھے ویایم فلانا سیوں تے فلانا سیوں تے ترے پھر میں کی لینا اینا چیزاں نے پنجاب والے ہس پاویں لو پر نقصان ہویا ساڈا ایں نال نہیں گویے دا جی تھوڑا کردا یار جٹ سکھ بھی سکھ ہے مذہبی سکھ بھی سکھ ہے مینوں گیت کیوں گاونا پی رہا ہے کہ مذہبی سنگا مینوں کیوں دسنا پی رہا ہے پنجاب نوں گا گا کے بھی بہت مان جو دے ہوئے ہے کیونکہ اسی کتے نہ کتے ہور پلڑے چ تل گئے سانوں دسن لگ گئی بھی آ ذاتاں انہاں کول پیسہ زیادہ آ ذات اچی ہے آ مزدور ہے آ فلانا ہے آ نیما ہے آ گندگی سارے اندر پی گئی پنجاب والے یہ کڈنی پینی ہے یہ کڈنی پی اور جدھر نکل گئی یہ پنجاب سونے دی چڑی ہے یہ جتھا مرضی چک لو کسے سرکار نے کسے اور ٹھیک ہے ماڑے موٹے کام ہو جان گے بابے پر جڑا اصل کام ہے نا 99% رام بابے فوٹو کرا لا نہیں ویندے چل فوٹو تو جو کرائیں گی ماں ہر روپیے بھی ہے یہ نہ نا گیس رہا نہیں ہور نہیں چاہیے او کانو اور تو اور پاسے لگی پڑ گئی گل میں تاں بیاں دی گل سناونا ہے کر گیا بوٹے ہرے ہاں کر گیا بوٹے ہرے وے جڑے کدے بھی سکتے نا وے جڑے کدے بھی سکتے نا بلے بابا تیرے وے تیرے بھی مکتے نا بلے بابا تیرے وے تیرے بھی مکتے نا رام نام دے بیڑے کدے بھی رکتے نا بھلے بابا تیرے وے تیرے بھی مکتے نا بھلے بابا تیرے وے تیرے بھی مکتے نا ایک ساریاں بیبیاں نوں سنیہا دے دی میری گل تاں سن لے بلا کنیاں نے روگ لوا لے وہما بھرما لوکی کھا لے کنیاں نے پڑھی کنیاں نے روگ کچھ دیتا جا کنیاں نے روگ لوے بے تو آ پی لا لے آ پی لا اوکے تھینک یو کنیاں نے روگ لوا لے وہما بھرما لوکی کھا لے بڑراج گل جدو وہما بھرما دی آؤں اے بی بی ساڈی پہلے نمبر تے آوندی کیونکہ اے ہی پواڑے پاؤندی ساتھ تھا تھا تے متھے ٹکواؤندی مراج پاپا جی نو پوچھو سانو بی بی دی سمجھ کیوں نہیں آوندی
ਕਿੰਨਿਆਂ ਨੇ ਰੋਗ ਲਵਾ ਲੈ ਵਹਿਮਾ ਭਰਮਾ ਲੋਕੀ ਖਾ ਲੈ ਤਰਦੇ ਲਾਲ ਲੀੜਿਆਂ ਵਾਲੇ ਓ ਖੋਪੇ ਵੇਖੋ ਨਹਿਰਾਂ ਤੇ ਇੱਥੇ ਬਿੱਲੀ ਰਸਤਾ ਕੱਟ ਗਈ ਤੇ ਜੁੱਤੀਆਂ ਮਾਰਨ ਟਹਿਰਾਂ ਤੇ ਇਹਨਾਂ ਨੂੰ ਕਹੀ ਕੁਛ ਬੀਬੀ ਹਾਂ ਚੰਗਾ ਗੁੱਡ ਨਾਈਟ ਬਾਏ ਲਵ ਯੂ ਪਹਿਲਾਂ ਖੇਤ ਖੋਣ ਸੀ ਆ ਗਏ ਪੰਜਾਬ ਵਾਲਿਓ ਪਹਿਲਾਂ ਖੇਤ ਖੋਣ ਸੀ ਆ ਗਏ ਜ਼ੁਰਤਾਂ ਵਾਲੇ ਮੱਥਾ ਲਾ ਗਏ ਸਾਡੇ ਕਿੰਨੇ ਹੀ ਪੁੱਤ ਮਰਾ ਗਏ ਕਿੰਨੇ ਹੀ ਪੁੱਤ ਮਰਾ ਗਏ ਤੇ ਹਾਕਮ ਲਾਸ਼ਾਂ ਸੇਕ ਰਹੇ ਦਿੱਲੀ ਵਾਲੇ ਅੱਜ ਕੱਲ੍ਹ ਚੰਡੀਗੜ੍ਹ ਨੂੰ ਵੇਖ ਰਹੇ ਦਿੱਲੀ ਵਾਲੇ ਤੂੰ ਜੈਤੇ ਤੋਂ ਜੀਵਨ ਹੋ ਗਿਆ ਮਜ਼ਬੀ ਸਿੰਘ ਤੂੰ ਜੈਤੇ ਤੋਂ ਜੀਵਨ ਹੋ ਗਿਆ ਜਦ ਕਸਮਾਂ ਖਾ ਕੇ ਤੁਰ ਪਿਆ ਤੂੰ ਖਾਲਸੇ ਦੀ ਆਣ ਨੂੰ ਮੱਥੇ ਨਾ ਲਾ ਕੇ ਤੁਰ ਪਿਆ ਤੈਨੂੰ ਜੋ ਬਾਬੇ ਬਖਸ਼ੀਆਂ ਤੈਨੂੰ ਜੋ ਬਾਬੇ ਬਖਸ਼ੀਆਂ ਮੈਨੂੰ ਮਾਣ ਹਰ ਅਸੀਸ ਤੇ ਹੱਥੀ ਸਿੱਖੀ ਦੇ ਮੁੱਢ ਨੇ ਲਾਈ ਕਲਗੀ ਤੇਰੇ ਸੀਸ ਤੇ ਲਾਈ ਕਲਗੀ ਤੇਰੇ ਸੀਸ ਤੇ ਲਾਈ ਕਲਗੀ ਤੇਰੇ ਸੀਸ ਤੇ ਓ ਮਜ਼ਬੀ ਸਿੰਘ ਸਿੱਖੀ ਦਾ ਬੂਟਾ ਪੱਟਣਾ ਜਿਹੜੇ ਕਹਿੰਦੇ ਸੀ ਸਿੱਖੀ ਦਾ ਬੂਟਾ ਪੱਟਣਾ ਜਿਹੜੇ ਕਹਿੰਦੇ ਸੀ ਸਿੱਖੀ ਦਾ ਬੂਟਾ ਪੱਟਣਾ ਤੂੰ ਤਾਲੂਏ ਚ ਤੇਗ ਧੱਸਦਾ ਰੰਗ ਰੇਟਿਆ ਗੁਰੂ ਦੇ ਰੰਗ ਰੰਗਿਆ ਤੂੰ ਰੰਗੀ ਰਾਗੀ ਰਹਿ ਵਸਦਾ ਰੰਗ ਰੇਟਿਆ ਗੁਰੂ ਦੇ ਰੰਗ ਰੰਗ ਰੇਟਿਆ ਗੁਰੂ ਦੇ ਰੰਗ ਰੰਗਿਆ ਤੂੰ ਰੰਗੀ ਰਾਗੀ ਰਹਿ ਵਸਦਾ ਰੰਗ ਰੇਟਿਆ ਗੁਰੂ ਦੇ ਰੰਗ ਰੰਗਿਆ ਰਾਗੀ ਰਹਿ ਵਸਦਾ ਰੰਗ ਰੇਟਿਆ ਗੁਰੂ ਦੇ ਰੰਗ
ਨਹੀਂ ਜਾਵਣਾ ਹਜੇ ਬਾਤ ਪਈ ਆ ਹੁਣ ਕਈ ਸੱਜਣਾਂ ਨੂੰ ਇਹ ਕਿਰਦਾਰ ਚੇਤੇ ਹੋਣਗੇ ਬਾਬਾ ਬੋਤਾ ਸਿਓ ਬਾਬਾ ਗਰਜਾ ਸਿਓ ਭਾਈ ਜੀਵਨ ਸਿੰਘ ਹੋਣੀ ਹੈ ਭਾਈ ਡੱਲਾ ਭਾਈ ਧੀਰ ਸਿੰਘ ਭਾਈ ਵੀਰ ਸਿੰਘ ਹੁਣ ਜਿਹੜੇ ਨੌਜਵਾਨ ਭਰਾ ਇਹਨਾਂ ਡਾਵਾਂ ਤੋਂ ਅਣਜਾਣ ਨੇ ਤਾਂ ਪੁੱਛਿਓ ਜ਼ਰੂਰ ਬਜ਼ੁਰਗਾਂ ਨੂੰ ਪੜਿਓ ਇਤਿਹਾਸ ਕਿ ਕੌਣ ਸੀ ਉਹਨਾਂ ਚੋਂ ਗੱਲ ਤੁਰਦੀ ਤੁਰਦੀ ਆਉਂਦੀ ਆ ਵੀ ਡੱਲਾ ਆਖੇ ਇੰਜ ਮਰਿਆ ਨਹੀਂ ਜਾਵਣਾ ਔਖਾ ਬਿਨਾ ਗੱਲੋਂ ਛਾਤੀ ਫੈਰ ਖਾਵਣਾ ਦੱਸੋ ਸਿੱਖ ਦੀ ਸਿੱਖੀ ਕਿਹੜੇ ਕੰਮ ਦੀ ਕੀ ਆ ਢੋਲਕੀ ਬਣਾਉਣੀ ਇਸ ਚੰਮ ਦੀ ਆ ਪਿੰਡ ਵਾਲਿਓ ਦੱਸੋ ਸਿੱਖ ਦੀ ਸਿੱਖੀ ਆ ਕਿਹੜੇ ਕੰਮ ਦੀ ਕੀ ਆ ਢੋਲਕੀ ਬਣਾਉਣੀ ਇਸ ਚੰਮ ਦੀ ਬਾਜ ਅੱਗੇ ਕਬੂਤਰ ਕੀ ਝੜ ਗਏ ਬਾਜ ਅੜਕੇ ਕਬੂਤਰ ਕੀ ਝੜ ਗਏ ਬਾਜਾਂ ਵਾਲਾ ਫਿਰ ਹੱਸਦਾ ਰੰਗ ਰੇਟਿਆ ਗੁਰੂ ਦੇ ਰੰਗ ਰੰਗਿਆ ਤੂੰ ਰੰਗੀ ਰਾਗੀ ਰਾਇ ਵੱਸਦਾ ਰੰਗ ਰੇਟਿਆ ਗੁਰੂ ਦੇ ਰੰਗ ਵਸਦਾ ਹੀ ਰਵੇ ਜਵਾਨੀਆਂ ਵਾਲੇ ਚੜ੍ਹਦੀ ਕਲਾ ਚ ਰਵੇ ਪਰ ਇੱਕ ਗੱਲ ਜ਼ਰੂਰ ਚੇਤੇ ਰੱਖਿਓ ਜਦੋਂ ਗੱਲ ਮੇਰੇ ਵੀਰ ਮਜ਼ਬੀ ਸਿੰਘ ਦੀ ਆਉਂਦੀ ਆ ਨਾ ਤਾਂ ਮਜ਼ਬੀ ਦਾ ਮਤਲਬ ਹੀ ਹੈ ਜਿਹੜਾ ਮਜ਼ਬ ਦਾ ਪੱਕਾ ਹੈ ਜਿਹੜਾ ਆਪਦੇ ਮਜ਼ਬ ਦਾ ਪੱਕਾ ਆਪਣੇ ਧਰਮ ਦਾ ਪੱਕਾ ਹੈ ਜਿਹੜਾ ਹਿਲਦਾ ਨਹੀਂ ਔਰ ਅੱਜ ਸਮਾਂ ਕੁਛ ਹੋਰ ਹੈ ਜਿਹੜੇ ਹਿੱਲੀ ਜਾਂਦੇ ਆ ਪਤਾ ਕਰਿਓ ਚੱਕਰ ਕੀ ਹੈ ਮਜ਼ਬ ਦਾ ਪੱਕਾ ਮੈਂ ਫੇਰ ਕਹਿ ਦਿਆਂ ਉਹ ਆ ਜਿਹੜਾ ਮਜ਼ਬੀ ਉਹ ਆ ਜਿਹੜਾ ਮਜ਼ਬ ਦਾ ਪੱਕਾ ਹੈ ਜਿਹੜਾ ਧਰਮ ਦਾ ਪੱਕਾ ਹੈ ਜਿਹੜਾ ਮਰਨੀ ਮਰਜੂ ਆਪਦਾ ਧਰਮ ਨਹੀਂ ਛੱਡੂ ਆਪਦਾ ਇਮਾਨ ਨਹੀਂ ਛੱਡੂ ਹੋਰ ਪੰਜਾਬੀ ਚ ਕਹੋ ਜਿਹੜਾ ਹਿੱਲੂ ਨਹੀਂ ਜਿਹੜਾ ਡੋਲੂ ਨਹੀਂ ਤੇ ਅੱਜ 2023 ਚ ਜਿਹੜਾ ਡੋਲ ਰਿਹਾ ਕੋਈ ਵੀ ਡੋਲ ਰਿਹਾ ਤਾਂ ਪਤਾ ਜ਼ਰੂਰ ਕਰਿਓ ਵੀ ਕਾਰਨ ਕੀ ਹੈ ਕਾਰਨ ਕੀ ਹੈ ਆਪਦੇ ਖਸਮ ਦੇ ਵਿਹੜੇ 'ਚ ਨੱਚਣ ਦਾ ਸਵਾਦ ਵੱਖਰਾ ਪਿੰਡ ਵਾਲਿਓ ਕਿਸੇ ਦੇ ਪਿੰਡ 'ਚ ਜਾ ਕੇ ਨੱਚਣ ਨਾਲੋਂ ਆਪਦੇ 'ਚ ਗੁੜਦੂ ਪਾ ਆਪਦੇ 'ਚ ਨੱਚ ਨੱਚ ਕੇ ਦਿਖਾ ਆਪਦੇ ਯਾਰ ਨੂੰ ਸੋਹਣੇ ਪ੍ਰੀਤਮ ਨੂੰ ਹੈ ਤਾਂ ਜੋ ਅਗਲਾ ਕਲਾਮ ਯਾਰ ਛੱਲਾ ਗਾਈਏ ਹੈ ਛੱਲਾ ਗਾਈਏ ਪਿੰਡ ਵਾਲਿਓ ਆ ਜਾਓ ਗਾਉਣੇ ਯਾਰ ਛੱਲਾ ਗਾਉਣੇ ਆ ਆਹ ਤਾਂ ਮੈਨੂੰ ਕੁਛ ਹੋਰ ਹੀ ਲੱਗੀ ਜਾਂਦਾ ਹੁਣ ਇਹ ਆ ਮੁੰਡਾ ਬਾਰੀ 'ਚ ਖੜੋ ਕੇ ਅੱਖਾਂ ਮਾਰਦਾ ਨਹੀਂ ਹੈ ਲੈ ਬਾਬੇ ਉਹ ਲੋਕ ਗੀਤ ਛੱਲਾ ਗਾਉਣੇ ਆ ਡੇਢ ਰੱਖ ਲਾ ਆਈਆਂ ਛੱਲੇ ਨਾਲ ਛੱਲੀਆਂ ਨੇ ਰੱਖ ਲਾ ਆਈਆਂ ਛੱਲੇ ਨਾਲ ਛੱਲੀਆਂ ਨੇ ਬਲਰਾਜ ਕੰਮਾਂ ਦਾ ਟਾਈਮ ਹੋ ਗਿਆ ਬੀਬੀਆਂ ਘਰਾਂ ਨੂੰ ਚੱਲੀਆਂ ਨੇ ਤਾਂ ਜਾਣਾ ਹੀ ਪੈਣਾ ਘਰੇ ਕਿਹੜਾ ਰਾਮੂ ਬੈਠਾ ਜਿਹੜਾ ਲਾ ਕੇ ਦੇ ਤੂੰ ਆਪੇ ਹੀ ਲਾਉਣੀਆਂ ਪੈਣੀਆਂ ਹੈਲੋ ਬ੍ਰਦਰ ਹਾਓ ਡੂ ਯੂ ਡੂ ਲਾਊਂਗਾ ਉਹ ਵੀ ਲਾਊਂਗਾ ਮੱਖਣ ਮੇਰਾ ਬਾਈ ਵਾਹੇ
ਅੱਜ ਦੇ ਮੌਸਮ ਦੀ ਜਾਣਕਾਰੀ ਦੇਣਗੇ ਦੱਸਿਓ ਮੌਸਮ ਕਿਦਾਂ ਦਾ ਬਿਲਕੁਲ ਠੀਕ ਰਹੂਗਾ ਕੁਝ ਨਹੀਂ ਹੁੰਦਾ ਜੀ ਸਹੀ ਰਹਿਣਾ ਜੀ ਮੇਲਾ ਆਪਣਾ ਮੇਲਾ ਓਹੋ ਮੇਲਾ ਚੱਲੂਗਾ ਸਰਕਾਰ ਦਾ ਇਹ ਕੋਈ ਮਾਬੋਲੀ ਮੇਲਾ ਨਹੀਂ ਸਰਕਾਰਾਂ ਦਾ ਮੇਲਾ ਇੱਕ ਵਾਰ ਸਰਕਾਰਾਂ ਦੇ ਨਾਂ ਤੇ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਮੈਂ ਬੋਲ ਹੀ ਲੈਣਾ ਹੁਣ ਬਲਰਾਜ ਭਾਈ ਨੇ ਮੈਨੂੰ ਇੱਕ ਵਾਰੀ ਵੀ ਨਹੀਂ ਮਾਇਕ ਦਿੱਤਾ ਲਾਲ ਭਾਜੀ ਮੈਂ ਸੋਚਦਾ ਸੀ ਕਿ ਕੁਝ ਕਹਿਣਾ ਮੈਂ ਕਿਹਾ ਜਦੋਂ ਨਾ ਭਾਜੀ ਆਏ ਫਿਰ ਮੈਨੂੰ ਕਹਿਣਾ ਪੈਣਾ ਜਿਹੜਾ ਇਹ ਕੰਮ ਹੈ ਬਹੁਤ ਔਖਾ ਹੈ ਨੱਚਣਾ ਬਹੁਤ ਔਖਾ ਗਾਉਣਾ ਬਹੁਤ ਔਖਾ ਲੋਕੀ ਕਹਿ ਦਿੰਦੇ ਕੰਮ ਸਿਖਾਣਾ ਹੀ ਮੈਂ ਇੱਕ ਸ਼ੇਰ ਜ਼ਰੂਰ ਬੋਲਾਂਗਾ ਕਿ ਨੱਚਣਾ ਔਖਾ ਗਾਉਣਾ ਔਖਾ ਨੱਚ ਨੱਚ ਕੇ ਯਾਰ ਮਨਾਉਣਾ ਔਖਾ ਨੱਚਣਾ ਔਖਾ ਗਾਉਣਾ ਔਖਾ ਨੱਚ ਨੱਚ ਕੇ ਯਾਰ ਮਨਾਉਣਾ ਔਖਾ ਸੂਰਜ ਨੂੰ ਹੱਥ ਪਾਉਣਾ ਔਖਾ ਤੇ ਤਾਰੇ ਤੋੜ ਲਿਆਉਣਾ ਔਖਾ ਸਾਗਰ ਨੂੰ ਮਨਿਆ ਨਹੀਂ ਜਾਂਦਾ ਤੇ ਪੱਥਰਾਂ ਨੂੰ ਪਿਘਲਾਉਣਾ ਔਖਾ ਹਨੇਰੀ ਝੱਖੜ ਬੁੱਲਿਆਂ ਦੇ ਵਿੱਚ ਹਨੇਰੀ ਆ ਝੱਖੜ ਹੈ ਹਨੇਰੀ ਝੱਖੜ ਬੁੱਲਿਆਂ ਦੇ ਵਿੱਚ ਇੱਕ ਦੀਵਾ ਬਾਲ ਵਿਖਾਉਣਾ ਔਖਾ ਕੰਨਾਂ ਦੇ ਨਾਲ ਤਾਲ ਸਮਝ ਕੇ ਸੁਰ ਵਿੱਚ ਰਹਿ ਕੇ ਗਾਉਣਾ ਔਖਾ ਲੋਕੋ ਸਭ ਕੁਝ ਭੁੱਲ ਜਾਂਦਾ ਪਰ ਮਾਂ ਦਾ ਪਿਆਰ ਭੁਲਾਉਣਾ ਔਖਾ ਮਾਂ ਦਾ ਪਿਆਰ ਭੁਲਾਉਣਾ ਇੱਕ ਵਾਰ ਆਪਣੀ ਆਪਣੀ ਮਾਂ ਵਾਸਤੇ ਜ਼ੋਰਦਾਰ ਤਾੜੀ ਮਾਰੋ ਇਦੋਂ ਜ਼ਿਆਦਾ ਘੈਂਟ ਤਾੜੀ ਹੁਣ ਆਪਣੇ ਭਾਪੇ ਲਈ ਵੀ ਮਾਰੋ ਉਹਨੇ ਗੁੱਸੇ ਹੋ ਜਾਣਾ ਥੈਂਕ ਯੂ ਸੋ ਇੰਨੀ ਕੁ ਗੱਲ ਕਹਿਣੀ ਹੈ ਜੀ ਕਵਰ ਗਰੇਵਾਲ ਲਗਾਤਾਰ ਤੁਹਾਡੀ ਸੇਵਾ 'ਚ ਹਾਜ਼ਰ ਨੇ ਔਰ ਭੈਣ ਜੀ ਆਸ਼ੂ ਚੋਪੜਾ ਜੀ ਉਹ ਵੀ ਮੇਰੇ ਨਾਲ ਨੇ ਇੱਥੇ ਇਸ ਮੰਚ 'ਤੇ ਅਤੇ ਥੋੜ੍ਹਾ ਇੱਕ ਇੱਕ ਸ਼ੇਅਰ ਹੋ ਜਾਏ ਤਾਂ ਹੁਣ ਚੰਗੀ ਗੱਲ ਹੈ ਆਓ ਜੀ ਆਸ਼ੂ ਜੀ ਮੈਂ ਕਨਵਰ ਵੀਰ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡੇ ਅੱਗੇ ਕੀ ਅਸੀਂ ਬੋਲ ਸਕਦੇ ਹਾਂ ਬਹੁਤ ਵੱਡੀ ਲਾਇਬ੍ਰੇਰੀ ਹੈ ਤੁਸੀਂ ਆਪਣੇ ਆਪ 'ਚ ਕਿ ਅਵਲ ਅੱਲਾ ਜਾਮਨ ਕਰਕੇ ਸਜਦੇ ਵਿੱਚ ਸਿਰ ਲਾਉਣਾ ਪੈਂਦਾ ਅਵਲ ਅੱਲਾ ਜਾਮਨ ਕਰਕੇ ਸਜਦੇ ਵਿੱਚ ਸਿਰ ਲਾਉਣਾ ਪੈਂਦਾ ਕਈ ਜਨਮਾਂ ਤੱਕ ਆਪਣੇ ਅੰਦਰ ਧੂਣਾ ਆਪ ਰਮਾਉਣਾ ਪੈਂਦਾ ਜੇ ਪੈ ਜਾਵੇ ਖੈਰ ਕਿਤੇ ਮੁਰਸ਼ਦ ਦਾ ਦਰ ਫਿਰ ਮਿਲ ਜਾਂਦਾ ਜੇ ਪੈ ਜਾਵੇ ਖੈਰ ਕਿਤੇ ਮੁਰਸ਼ਦ ਦਾ ਦਰ ਫਿਰ ਮਿਲ ਜਾਂਦਾ ਕਈ ਜਨਮਾਂ ਤੱਕ ਆਪਣੇ ਅੰਦਰ ਧੂਣਾ ਆਪ ਰਮਾਉਣਾ ਪੈਂਦਾ ਮੈਂ ਦਾ ਫਿਰ ਕਲਮਾ ਛੱਡ ਕੇ ਤੂੰ ਹੀ ਰਾਤ ਦਿਨੇ ਮੈਂ ਦਾ ਫਿਰ ਕਲਮਾ ਛੱਡ ਕੇ ਤੂੰ ਹੀ ਰਾਤ ਦਿਨੇ ਤੂੰ ਹੀ ਦੁੱਗਣ ਤੂੰ ਹੀ ਚੋਗਣ ਤੂੰ ਦਾ ਰਾਗ ਪੁਗਾਉਣਾ ਪੈਂਦਾ ਤੂੰ ਹੀ ਤੂੰ ਦਾਤਿਆਂ ਦੇ ਨਾਂ 'ਤੇ ਤਾਲੀ ਵਜਾਉਂਦੇ ਸੋ ਜੋ ਤੁਸੀਂ ਤੂੰ ਦੇ ਬਾਰੇ ਦੱਸਿਆ ਕਿ ਮੈਂ ਦਾ ਹੋਣਾ ਅਸਲ ਅੜਿੱਕਾ ਮੈਂ ਮਰ ਜਾਏ ਗੱਲ ਮੁੱਕੇ ਬੁੱਤ ਮਰੇ ਪਰ ਮੈਂ ਨਹੀਂ ਮਰਦੀ ਜਾ ਅਗਲੇ ਘਰ ਬੈਠੇ ਬੁੱਤ ਮਰੇ ਪਰ ਮੈਂ ਨਹੀਂ ਮਰਦੀ ਜਾ ਅਗਲੇ ਘਰ ਬੈਠੇ ਕਰ ਲੈਂਦੀ ਫਿਰ ਪੰਜ ਵੀਰ ਨੇ ਭੇਜ ਭੇਜ ਕੇ ਰੁਕੇ ਉਹ ਤਾੜੀ ਖੁੱਲ ਕੇ ਮਾਰ ਦਿਓ ਅੰਗਰੇਜ਼ੀ ਵਾਲਿਓ ਆ ਜਾਓ ਬਾਬਿਓ ਜੀ ਉਦੇਸੀਆਂ ਵਾਲੇ ਬਾਬੇ ਬੜੀ ਮਿਹਰਬਾਨੀ ਜੀ ਤੁਹਾਡੀ ਬਹੁਤ ਮਿਹਰਬਾਨੀ ਆਪਾਂ ਕੌਣ ਇੱਥੇ ਨੇੜੇ ਜੀ ਇੱਥੇ ਲੱਗ ਆਪਾਂ 20 ਨੂੰ ਆਉਣਾ ਕਿ 21 ਨੂੰ ਜੀ 21 ਤਰੀਕ ਨੂੰ ਭਾਈ ਇੱਥੇ ਰਾਣੀਪੁਰ ਵੀ ਆਉਣਾ ਐਂ ਕਮਲ ਕੁੱਟਣਾ ਹੋਇਆ ਤਾਂ ਆ ਜਾਇਓ ਆ ਜਾਓ ਛੱਲਾ ਗਾਈਏ ਯਾਰ ਪਤਾ ਮੈਥੋਂ ਕੀ ਗਲਤੀ ਹੋ ਗਈ ਉਹ ਛੜਿਓ ਪਤਾ ਮੈਥੋਂ ਕੀ ਗਲਤੀ ਹੋ ਗਈ ਉਹ ਲੈ ਭਾਈ ਤੂੰ ਵੀ ਸੁਣਨ ਜਾਣਾ ਮੈਂ ਉਹਦੀਆਂ ਓਏ ਗਠੜੀਆਂ ਬੰਨ ਬੈਠਾ
ਉਹ ਭਾਈ ਜਿਹੜਾ ਨਾਲ ਨਹੀਂ ਜਾਣਾ ਮੈਂ ਉਹਦੀਆਂ ਓਏ ਗੱਠੜੀਆਂ ਬੰਨ ਬੈਠਾ ਉਹ ਭਾਈ ਜਿਹੜਾ ਨਾਲ ਨਹੀਂ ਜਾਣਾ ਮੈਂ 100 ਵੀ ਜੋੜਿਆ ਲੱਖ ਵੀ ਜੋੜਿਆ ਜੋੜ ਤੇ ਕਈ ਕਰੋੜ ਲਏ ਮੈਂ 100 ਵੀ ਜੋੜਿਆ ਲੱਖ ਵੀ ਜੋੜਿਆ ਜੋੜ ਤੇ ਕਈ ਕਰੋੜ ਲਏ ਦੁਨੀਆ ਵਿੱਚ ਤੇ ਮੈਂ ਕਈ ਥਾਂ ਜੁੜ ਗਿਆ ਪਰ ਮੈਂ ਅੰਦਰੋਂ ਨਾਤੇ ਤੋੜ ਲਏ ਇਹ ਦੁਨੀਆ ਵਿੱਚ ਤੇ ਮੈਂ ਕਈ ਥਾਂ ਜੁੜ ਗਿਆ ਪਰ ਮੈਂ ਅੰਦਰੋਂ ਨਾਤੇ ਤੋੜ ਲਏ ਭਜਦਾ ਭਜਦਾ ਭੁੱਲ ਮੈਂ ਬੈਠਾ ਭਜਦਾ ਭਜਦਾ ਭੁੱਲ ਮੈਂ ਬੈਠਾ ਓਏ ਉਹਨੇ ਜੋ ਦੇਣਾ ਓਈ ਉਹ ਖਾਣਾ ਮੈਂ ਉਹਦੀਆਂ ਓਏ ਗੱਠੜੀਆਂ ਬੰਨ ਬੈਠਾ ਉਹ ਪਿੰਡ ਵਾਲੇ ਉਹ ਜਿਹਨੇ ਨਾਲ ਨਹੀਂ ਜਾਣਾ ਓਏ ਮੈਂ ਆਖਰੀ ਬੋਲਾਂ ਦੇ ਵੀ ਆ ਗਈ ਚਿੱਠੀ ਆ ਗਈ ਚਿੱਠੀ ਤੇ ਆਵਾਜ਼ ਪੈ ਗਈ ਮੈਂ ਰੋ ਰੋ ਕਰੀ ਤਿਆਰੀਓ ਆ ਗਈ ਚਿੱਠੀ ਤੇ ਆਵਾਜ਼ ਪੈ ਗਈ ਮੈਂ ਰੋ ਰੋ ਕਰੀ ਤਿਆਰੀਓ ਬੰਨੀ ਗੱਠੜੀ ਮੈਂ ਚੁੱਕਣ ਲੱਗਾ ਤੇ ਉਹਨੇ ਭਰੇ ਵਗਾ ਕੇ ਮਾਰੀਓ ਬੰਨੀ ਗੱਠੜੀ ਮੈਂ ਚੁੱਕਣ ਲੱਗਾ ਉਹਨੇ ਪਰੇ ਵਗਾ ਕੇ ਮਾਰੀ ਹੁਣ ਜਿਹੜੀ ਗੱਠੜੀ ਵਗਾ ਵਗਾ ਮਾਰਦਾ ਉਹ ਗੱਠੜੀ ਚ ਸਮਾਨ ਤਾਂ ਦੇਖਿਓ ਪਿੰਡ ਵਾਲੋ ਕਿਹੜਾ ਹੈ ਉਸ ਗੱਠੜੀ ਵਿੱਚ ਪਰਿਵਾਰ ਸੀ ਮੇਰਾ ਰਹਿ ਗਿਆ ਬਾਬਿਓ ਉਸ ਗੱਠੜੀ ਵਿੱਚ ਪਰਿਵਾਰ ਸੀ ਮੇਰਾ ਬਹੁਤ ਵੱਡਾ ਘਰ ਬਾਰ ਸੀ ਮੇਰਾ ਉਸ ਗੱਠੜੀ ਵਿੱਚ ਪਰਿਵਾਰ ਸੀ ਮੇਰਾ ਬਹੁਤ ਵੱਡਾ ਘਰ ਬਾਰ ਸੀ ਮੇਰਾ ਓਏ ਕੱਲਾ ਕੱਲਾ ਯਾਰ ਸੀ ਮੇਰਾ ਸੱਚ ਜਾਣਿਓ ਇਹ ਸੰਸਾਰ ਸੀ ਮੇਰਾ ਸਾਰਾ ਕੁਛ ਹੀ ਰਹਿ ਗਿਆ ਭੁੱਲ ਬੈਠਾ ਸੀ ਮੈਂ ਮੌਤ ਦੇ ਵੇਲੇ ਭੁੱਲ ਬੈਠਾ ਸੀ ਮੈਂ ਮੌਤ ਦੇ ਵੇਲੇ ਮੈਨੂੰ ਇੰਨਾ ਹੀ ਲਾਂਬੂ ਲਾਣਾ ਮੈਂ ਉਹਦੀਆਂ ਓ ਗੱਠੜੀਆਂ ਬੰਨ ਬੈਠਾ ਓ ਭਾਈ ਜਿਹੜਾ ਨਾਲ ਨਹੀਂ ਜਾਣਾ ਓਏ ਮੈਂ ਇਹ ਸੱਚ ਆ ਵਾ ਮੇਰੀਓ ਦੌੜ ਮੈਂ ਵੀ ਉਸੇ 'ਚ ਹੀ ਹੈ ਇਸ ਕਰਕੇ ਇਹ ਸਰਬ ਸਾਂਝੀ ਜੀ ਗੱਲ ਹੈ ਵੀ ਕਿਤੇ ਆਪਾਂ ਇੱਧਰਲੇ ਪਾਸੇ ਤਾਂ ਹੀ ਲੱਗੇ ਪਏ ਤੇ ਨਾਲ ਜਿਹੜੀ ਚੀਜ਼ ਜਾਣੀ ਹੈ ਉਹਦੇ ਬਾਰੇ ਕਦੋਂ ਦੇ ਪੜ੍ਹਦੇ ਆਉਂਦੇ ਆ ਪੀਰ ਫਕੀਰ ਬਾਬੇ ਉਹ ਹੈਗੀ ਹੈ ਨਾ ਪੁਰਾਣੀ ਤਰਜ ਵੀ ਪੱਲੇ ਬੰਨ ਲੈ ਕਿਰਾਏ ਵਾਲੀ ਪੂੰਜੀ ਪੱਲੇ ਬੰਨ ਲੈ ਪੱਲੇ ਬੰਨ ਲੈ ਕਿਰਾਏ ਵਾਲੀ ਓਏ ਪੂੰਜੀ ਉਹ ਵਾਟਾਂ ਤੇਰੀਆਂ ਦੂਰ ਦੀਆਂ ਵੇ ਬੰਦਿਆ ਬੰਦਿਆ ਓਏ ਵਾਟਾਂ ਤੇਰੀਆਂ ਦੂਰ ਦੀਆਂ ਵੇ ਪੱਲੇ ਬੰਨ ਲੈ ਉੱਥੇ ਹਰੀ ਦੇ ਨਾਮ ਦੀਆਂ ਛਾਵਾਂ ਜੇ ਨਾਮ ਉੱਥੇ ਹਰੀ ਦੇ ਨਾਮ ਦੀਆਂ ਛਾਵਾਂ ਉੱਥੇ ਹਰੀ ਦੇ ਉੱਥੇ ਹਰੀ ਦੇ ਨਾਮ ਦੀਆਂ ਉਹ ਛਾਵਾਂ ਵਾ ਜਿੱਥੇ ਤੈਨੂੰ ਧੁੱਪ ਲੱਗਣੀ ਉਹ ਬੰਦਿਆ ਜਿੱਥੇ ਤੈਨੂੰ ਧੁੱਪ ਲੱਗਣੀ ਹੋਈ ਉੱਥੇ ਹਰੀ ਦੇ ਇਸ ਕਰਕੇ ਬਾਬੇ ਨਾਲ ਤਾਂ ਇਕੱਲੀ ਰਾਮ ਦੇ ਨਾਮ ਦੀ ਕਮਾਈ ਹੈ ਬਾਕੀ ਤਾਂ ਤੇਰਾ ਵੀ ਤੇ ਮੇਰਾ ਵੀ ਇੱਥੇ ਵੰਡਿਆ ਵੰਡਿਆ ਜਾਣਾ ਛੱਲਾ ਛੱਲਾ ਤਾਲੀ ਨਾਲ ਨਾ ਮਰ ਲਓ
ਡਾਲਰ ਆਉਂਦੇ ਆ ਕਿਉਂਕਿ ਮਿਹਨਤ ਹੈ ਨੇਕੀਆਂ ਇਮਾਨਦਾਰੀ ਆ ਧੀਆਂ ਪੁੱਤ ਪੜਾ ਕੇ ਹੁਣ ਬਾਹਰ ਭੇਜਤੇ ਤੇ ਡਾਲਰ ਆਉਂਦੇ ਆ ਹੁਣ ਔਰ ਅਰਦਾਸ ਕਰਿਓ ਇਹ ਸਾਰਿਆਂ ਦੇ ਹੀ ਆਉਣ ਜੇ ਰੋਟੀ ਵਾਲੇ ਪਾਸੇ ਸੌਖੇ ਹੋਣਾ ਰੱਬ ਵੀ ਫੇਰ ਹੀ ਚੰਗਾ ਲੱਗਦਾ ਬਾਬੂ ਨਹੀਂ ਤਾਂ ਰੋਟੀ ਤੋਂ ਬਿਨਾ ਰੱਬ ਨੂੰ ਯਾਦ ਕਰਨਾ ਤਾਂ ਫਿਰ ਰਵਿਦਾਸ ਹੋਣਾ ਹੈ ਫਿਰ ਤਾਂ ਜੇ ਭੁੱਖੇ ਰਹਿ ਕੇ ਵੀ ਰੱਬ ਨੂੰ ਯਾਦ ਕਰਨਾ ਹੈ ਫਿਰ ਤਾਂ ਬਾਬਾ ਕਬੀਰ ਹੋਣਾ ਹੈ ਫਿਰ ਤਾਂ ਗੁਰੂ ਨਾਨਕ ਹੋਣਾ ਹੈ ਸੋ ਇਸ ਸੰਸਾਰ 'ਚ ਰਹਿੰਦੇ ਹੋਏ ਤਾਂ ਬਾਬਾ ਸਭ ਦੀਆਂ ਲੋੜਾਂ ਪੂਰੀਆਂ ਕਰੀ ਲੋੜਾਂ ਕਿ ਸਭ ਨੂੰ ਰੋਟੀ ਟੁੱਕ ਮਿਲੇ ਹਰ ਚੁੱਲ੍ਹੇ 'ਤੇ ਅੱਗ ਹੋਵੇ ਛੱਲਾ ਨਾ ਨਾ
ਸਟੇਸ਼ਨ ਗੱਡੀਆਂ ਦਾ ਲੱਗਿਆ ਰਹਿਣਾ ਆਉਣਾ ਜਾਣਾ ਛੱਡ ਦੇ ਨਾ ਫਰਦਾ ਨੂੰ ਓ ਛੱਡ ਦੇ ਨਾ ਫਰਦਾ ਨੂੰ ਛੱਡ ਦੇ ਨਾ ਫਰਦਾ ਨੂੰ ਗੱਲ ਕਰ ਲੈ ਆਪਸੀ ਦੀ ਕੰਨ ਫਰਬ ਦੋਸਤ ਆਵੇ ਤੇਰੀ ਟਿਕਟ ਵਾਪਸੀ 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 ਦੀ ਜਾਣਾ ਪਿਆ ਉਹਨਾਂ ਨੂੰ ਵੀ ਸੁਣ ਕੇ ਬਾਬਿਓ ਜਾਣਾ ਪਿਆ ਉਹਨਾਂ ਨੂੰ ਵੀ ਜਿੰਨਾ ਸੀ ਕਾਲ ਪਾਵੇ ਨਾਲ ਨੂੜੇ ਜਾਣਾ ਪਿਆ ਉਹਨਾਂ ਨੂੰ ਵੀ ਜਿੰਨਾ ਸੀ ਕਾਲ ਪਾਵੇ ਨਾਲ ਨੂੜੇ ਅੱਖਾਂ ਝੂਠ ਫਰੇ ਪਾਉਂਦੇ ਕੱਥੇ ਕਰਦਾ ਰਹਿਣਾ ਕੂੜੇ ਆਉਣਾ ਰੋਜ਼ ਨਹੀਂ ਆਉਣਾ ਇੱਥੇ
ਹੁਣ ਵੀ ਤੁਸੀਂ ਸਾਰੀਆਂ ਤਾੜੀ ਮਾਰੋ ਇਹਦੇ ਲਈ ਬੋਲੀਆਂ ਪਾਵਾਂ ਹੈ ਕੀ ਆ ਤੁਹਾਡੀ ਡਿਮਾਂਡ ਹੋ ਵੀ ਵੀਰਾ ਬੋਲੀ ਪਾਵੇ ਨਾ ਬਾਪੂ ਜੀ ਬੋਲੀ ਪਾਣਾ ਬੋਲੀ ਪਈ ਨਹੀਂ ਜੀ ਬੋਲੀ ਐਸੇ ਕਰਦੀ ਐਸੇ ਕਰਦੀ Oh,
ਕਰ ਦਿਓ ਹਾਂ ਇੱਕ ਮੈਂ ਮਾਫੀ ਮੰਗਦੀ ਹਾਂ ਤੁਹਾਡੇ ਤੋਂ ਮਾਈਕ ਫੜਿਆ ਪੁਲਿਸ ਡਿਪਾਰਟਮੈਂਟ ਵੱਲੋਂ ਪੁਰਜ਼ੋਰ ਅਪੀਲ ਹੈ ਕਿ ਤੁਸੀਂ ਆਪਣਾ ਕੀਮਤੀ ਸਮਾਨ ਆਪਣੇ ਕੋਲ ਸੰਭਾਲ ਕੇ ਰੱਖੋ ਕਿਉਂਕਿ ਇੱਧਰ ਕੋਈ ਨਾ ਕੋਈ ਇਦਾਂ ਦੀ ਸ਼ਰਾਰਤ ਹੋਈ ਹੈ ਜਿਸ ਕਰਕੇ ਬੜੀ ਮਿਹਰਬਾਨੀ ਤੁਸੀਂ ਆਪਣਾ ਆਪਣਾ ਸਮਾਨ ਆਪਣੇ ਬੱਚੇ ਆਪਣਾ ਪਰਿਵਾਰ ਸੰਭਾਲ ਕੇ ਰੱਖੋ ਸੋ ਮੈਂ ਬਾਈ ਜੀ ਦੱਸਣਾ ਚਾਹੁੰਦੀ ਹਾਂ ਲਾਲ ਅਠੌਲੀ ਵਾਲਾ ਸਾਡੇ ਦੁਆਬੇ ਦੀ ਸ਼ਾਨ ਅੱਜ ਪੰਜਾਬੀ ਸੱਭਿਆਚਾਰ ਮਾਂ ਬੋਲੀ ਪੰਜਾਬੀ ਦਾ ਇਹ ਸਾਡੇ ਬਾਬਾ ਬੋੜ ਨੇ ਜਿਨ੍ਹਾਂ ਨੇ ਯਾਰ ਦੀ ਦੀਵਾਨੀ ਪਤਾ ਨਹੀਂ ਕੀ ਕੁਝ ਲਿਖਿਆ ਔਰ ਜਸਵਿੰਦਰ ਨਰੂਲਾ ਜੀ ਕਿਹੜੇ ਕਿਹੜੇ ਸਿੰਗਰ ਦਾ ਮੈਂ ਨਾਮ ਲਵਾਂ ਜਿਨ੍ਹਾਂ ਨੇ ਇਹਨਾਂ ਦੇ ਲਿਖੇ ਹੋਏ ਨਹੀਂ ਗਾਏ ਸੋ ਇੱਕ ਵਾਰੀ ਲਾਲ ਭਾਜੀ ਤੁਸੀਂ ਸਟੇਜ 'ਤੇ ਹੀ ਆ ਜਾਓ ਨਾ ਆ ਜਾਓ ਸਾਨੂੰ ਵੀ ਪ੍ਰਾਊਡ ਹੋਏਗਾ ਆ ਜਾਓ ਭਾਜੀ ਆ ਜਾਓ ਇਹ ਬਲੈਸਿੰਗਸ ਹੀ ਆ ਨਾਲੇ ਇੰਨੀਆਂ ਵੱਡੀਆਂ ਸ਼ਖਸੀਅਤਾਂ ਹੋ ਤੁਸੀਂ ਸਾਰੇ ਹੁਣ ਦੋ ਹੱਥ ਉੱਪਰ ਕਰਕੇ ਤਾਲੀਆਂ ਵਜਾ ਦਿਓ ਲਾਲ ਅਠੌਲੀ ਵਾਲਾ ਜੀ ਦੇ ਲਈ ਸਾਡੀ ਮਾਂ ਬੋਲੀ ਪੰਜਾਬੀ ਦਾ ਕੱਦ ਉੱਚਾ ਹੁੰਦਾ ਗਰੀਬਾਂ ਦੀ ਆਵਾਜ਼ ਹੈ ਜੋ ਵੀ ਲਿਖਿਆ ਸੱਚ ਲਿਖਿਆ ਬਾ ਕਮਾਲ ਲਿਖਿਆ ਮੈਂ ਉਹਨਾਂ ਨੂੰ ਵੀ ਵੈਲਕਮ ਕਰਦੀ ਹਾਂ ਜੀ ਆਇਆਂ ਨੂੰ ਬਿਲਕੁਲ ਫਿਰੋਜ਼ ਨੇ ਵੀ ਸਾਰਿਆਂ ਨੇ ਇਹਨਾਂ ਦੇ ਗਾਏ ਬਹੁਤ ਕੁਝ ਭਾਜੀ ਨੇ ਸਾਰਿਆਂ ਨੂੰ ਹੀ ਵੰਡਿਆ ਬਾਈ ਜੀ ਸੋ ਲਾਲ ਭਾਜੀ ਹੁਣ ਤੁਹਾਨੂੰ ਕੁਝ ਕੁਝ ਨਾ ਕੁਝ ਤੇ ਮਾਈਕ ਤੇ ਕਹਿਣਾ ਪਏਗਾ ਮੈਂ ਕੀ ਬੋਲ ਸਕਦਾ ਆਸ਼ੂ ਜੀ ਹੁਣੀ ਹੁਣ ਮਜ਼ਬੂਰ ਕੀਤਾ ਜੀ ਦੋ ਲੈਣਾ ਬੋਲ ਦਿੰਦਾ ਮੈਂ ਹੋ ਦਿਲੋਂ ਕਰਨ ਸਤਿਕਾਰ ਜੋ ਬੜੇ ਬਜ਼ੁਰਗਾਂ ਦਾ ਦਿਲੋਂ ਕਰਨ ਸਤਿਕਾਰ ਜੋ ਬੜੇ ਬਜ਼ੁਰਗਾਂ ਦਾ ਇੱਕ ਨਾ ਇੱਕ ਦਿਨ ਪੈ ਉਹਨਾਂ ਦਾ ਮੁੱਲ ਜਾਂਦਾ ਹੋ ਜਿਹੜੇ ਲੋਕੀ ਮਾਂ ਬਾਪ ਨੂੰ ਭੁੱਲ ਜਾਂਦੇ ਹੋ ਦੇਖਿਆ ਹੁਣੇ ਰੱਬ ਉਹਨਾਂ ਨੂੰ ਭੁੱਲ ਜਾਂਦਾ ਹੈ ਦੇਖਿਆ ਹੁਣੇ ਰੱਬ ਉਹਨਾਂ ਨੂੰ ਭੁੱਲ ਜਾਂਦਾ ਲਾਲ ਅਠੌਲੀ ਵਾਲਿਆ ਲਾਲ ਅਠੌਲੀ ਵਾਲਿਆ ਬੱਚੇ ਪਾਲਣ ਲਈ ਉਹ ਕੀ ਨਹੀਂ ਕਰਦੇ ਮਾਪੇ ਬੱਚੇ ਪਾਲਣ ਲਈ ਲਾਲ ਅਠੌਲੀ ਵਾਲਿਆ ਵਕਤ ਸੰਭਾਲਣ ਲਈ ਉਹ ਕੀ ਨਹੀਂ ਕਰਦੇ ਮਾਪੇ ਬੱਚੇ ਪਾਲਣ ਲਈ ਲੱਖ ਕੋਸ਼ਿਸ਼ਾਂ ਕਰੀਏ ਮੁੜ ਕੇ ਜੁੜਦਾ ਨਹੀਂ ਇੱਕ ਵਾਰੀ ਜਦ ਟੁੱਟ ਟਾਣੀਓ ਫੁੱਲ ਜਾਂਦਾ ਦਿਲੋਂ ਕਰਨ ਸਤਿਕਾਰ ਜੋ ਬੜੇ ਬਜ਼ੁਰਗਾਂ ਦਾ ਉਹ ਇੱਕ ਨਾ ਇੱਕ ਦਿਨ ਪੈ ਉਹਨਾਂ ਦਾ ਮੁੱਲ ਜਾਂਦਾ ਜਿਹੜੇ ਲੋਕੀ ਮਾਂ ਬਾਪ ਨੂੰ ਭੁੱਲ ਜਾਂਦੇ ਤੁਸੀਂ ਦੇਖਿਆ ਹੁਣੇ ਰੱਬ ਉਹਨਾਂ ਨੂੰ ਭੁੱਲ ਜਾਂਦਾ ਸੋ ਇਹ ਭਾਈ ਜੀ ਬਹੁਤ ਵੱਡਾ ਮਾਣ ਹੈ ਸਾਡੇ ਲਈ ਜੀ ਬਿਲਕੁਲ ਉਹ ਫਿਰ ਮੈਂ ਕਿਹਾ ਵੀ ਉਹ ਬੈਠੇ ਨੇ ਤੇ ਤੁਹਾਡੇ ਇਸੇ ਕਰਕੇ ਸੋ ਆਪਾ ਜੀ ਸਾਰਿਆਂ ਵੱਲੋਂ ਤੁਹਾਨੂੰ ਬਹੁਤ ਸਾਰਾ ਜਿਹੜਾ ਇਹ ਦੁਆਵਾਂ ਆਈਆਂ ਨੇ ਕਿ ਕਾਹਦਾ ਕਰਦੀ ਮਾਣ ਤੂੰ ਜਿੰਦੇ ਕਿਉਂ ਤੁਰਦੀ ਹਿੱਕ ਤਣ ਕੇ ਕਾਹਦਾ ਕਰਦੀ ਮਾਣ ਤੂੰ ਜਿੰਦੇ ਕਿਉਂ ਤੁਰਦੀ ਹਿੱਕ ਤਣ ਕੇ ਕੱਚੇ ਕੱਚ ਦਾ ਚੂੜਾ ਅੜੀਏ ਕੱਚੇ ਕੱਚ ਦਾ ਚੂੜਾ ਅੜੀਏ ਕੱਲ ਹੈ ਨੀ ਅੱਜ ਖਣਕੇ ਕੱਚੇ ਕੱਚ ਦਾ ਚੂੜਾ ਅੜੀਏ ਕੱਲ ਹੈ ਨੀ ਅੱਜ ਛਣਕੇ ਦੋ ਦਿਨ ਦੁਨੀਆ ਦੇ ਕੱਟ ਲੈ ਪਰੋਣੀ ਬਣ ਕੇ ਇੱਕ ਵਾਰੀ ਤਾਲੀਆਂ ਵਜਾ ਦਿਓ ਭਾਜੀ ਦੇ ਲਈ ਜਿਉਂਦੇ ਵੱਸਦੇ ਰਹੋ ਰੱਬ ਤੁਹਾਨੂੰ ਰਾਜ਼ੀ ਰੱਖੇ ਭਾਜੀ ਆ ਜਾਓ ਭਾਈ ਸੁਨੇਹਾ ਆਇਆ ਮੈਨੂੰ ਨਾ ਜਾਈ ਮਸਤਾਂ ਦੇ ਵਿਹੜੇ ਦੀ ਮਸਤ ਬਣਾ ਦੇਣਗੇ ਵੀ ਆ ਜਾਓ ਲੱਗ ਜਾਓ ਕੋਕਾ ਕੋਲਾ ਵਾਲੀ ਬੇਬੇ ਚਲੀ ਗਈ ਉਹ ਗਈ ਹੋ ਬੇਬੇ ਜੀ ਹੈ ਮਾਜੀ ਨੀ ਕਿੱਥੇ ਹੈ ਹਾਂਜੀ ਕਿਵੇਂ ਦਾਦੀ ਰੱਖ ਲੈ ਕਦੋਂ ਲਾਲੀ ਦਾ ਗੀਤ ਆਉਣਾ ਹੈ ਇੱਕ ਹਫ਼ਤੇ ਤੱਕ ਮਾਂ 'ਤੇ ਗੀਤ ਗਾਇਆ ਲਾਲੀ ਪਹਿਲੋਂ ਅਕਸਰ ਅਸੀਂ ਸਟੇਜਾਂ 'ਤੇ ਇਕੱਠੇ ਹੁੰਦੇ ਰਹਿੰਦੇ ਹਾਂ ਇਹਨੇ ਗਾਉਣਾ ਵੀ ਹੈ ਮੈਨੂੰ ਇੱਕ ਦੋ ਹੋਰ ਗਾ ਲੈਂਦੇ ਜੀ ਇੱਥੇ ਖੜ ਖੁੜ ਜਾ ਗਾਣੇ
سجن دا تر پئیاں ہن یار دے گھر نو نی میں چھڈ نی سکدی او دے در نو آ دنیا پئی خصماں نو کھاوے آ دنیا پئی خصماں نو کھاوے تے مستی میں پھردی نی میرا تنکا یار وجاوے تے مستی میں پھردی روح میری اللہ اللہ گاوے آئے مستی میں پھر دی نی میرا تنکا یار وجاوے تے مستی میں پھر دی روح اللہ اللہ گاوے تے مستی میں پھر دی مست مانک بابا ہوئی مانک بابا ہی ہے مست بنا دین گے بیبا یوگدان ہے اس سبھا چ سکھ دا سہارا ہے گرمی نہیں لگ رہی ٹھنڈیاں ہواں وگ رہی جی جا لگیا پیا نا آہی کھانا آہی لگیا ہوں تے گرمی ہوں ای لگے پے ہوں تے ہور سی پر ہن 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 ہو رہا ہے ماں جی مست بنا دین گے بیبا نچن لا دین گے بیبا مست بنا دین گے بیبا نچن لا دین گے بیبا نچن لا دین گے بیبا مست بنا دین گے بیبا نچن لا دین گے بیبا نہ جائی مستاں دے ویڑے مست بنا دین گے بیبا
ਆਰੋ ਨਾਚੋ
ਇੱਕ ਪੀਰਾਂ ਦਾ ਪੀਰ ਫਕੀਰਾਂ ਦਾ ਫਕੀਰ ਉਹ ਬਾਬਾ ਜਿਹਦੀ ਸੋਭਾ ਵੀ ਮੰਨ ਲਾ ਉਹਦੀਆਂ ਰੰਗ ਚੜ ਜਾਣਗੇ ਕੀ ਕਹਿੰਦਾ ਉਹ ਬਾਬਾ ਉੱਠ ਕੇ ਬੰਦਿਆ ਨਾਮ ਧਿਆ ਲੈ 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 ਨਾਲ ਗੁਰੂ ਦੇ ਪ੍ਰੀਤਾ ਪਾ ਲੈ ਨਾਲ ਗੁਰੂ ਦੇ ਪ੍ਰੀਤਾ ਪਾ ਲੈ ਤੱਕੜੀ ਨਾਨਕ ਦੀ ਤੇਰਾ ਹੀ ਤੇਰਾ ਬੋਲੇ ਤੱਕੜੀ ਨਾਨਕ ਦੀ ਤੇਰਾ ਤੇਰਾ ਬੋਲੇ ਤੱਕੜੀ ਨਾਨਕ ਦੀ ਤੇਰਾ ਤੇਰਾ ਬੋਲੇ ਓ ਤੱਕੜੀ ਨਾਨਕ ਦੀ ਤੇਰਾ ਤੇਰਾ ਬੋਲੇ 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 ਰਾਜੇ ਕੋਲੋਂ ਵਿਛੜੀ ਸਾਨੂੰ ਇਕੱਠੇ ਹੋਣਾ ਪੈਣਾ ਪਿੰਡ ਵਾਲਿਓ ਹੁਣ ਤੁਸੀਂ ਕਹੋਗੇ ਵੀ ਇਕੱਠੇ ਤਾਂ ਹੈਗੇ ਆ ਵੀ ਸਾਡੇ ਕਿਹੜਾ ਪਿੰਡ 'ਚ ਰੋਜ਼ ਡਾਂਗ ਚੱਲਦੀ ਹੈ ਐਂ ਕਹੋਗੇ ਨਾ ਪਰ ਜਦੋਂ ਤੱਕ ਇੱਕ ਪਿੰਡ 'ਚ ਚਾਰ ਜਾਂ ਪੰਜ ਗੁਰਦੁਆਰਿਆਂ 'ਚ ਮੱਥਾ ਟੇਕੋਗੇ ਆਪਦੇ ਆਪਦੇ ਬਣਾ ਕੇ ਉਦੋਂ ਤੱਕ ਕਿਸੇ ਨੇ ਇਹ ਨਹੀਂ ਸਮਝਣਾ ਵੀ ਆਪਾਂ ਇਕੱਠੇ ਹਾਂ ਉਦੋਂ ਤੱਕ ਜਦੋਂ ਤੱਕ ਪੰਜਾਬ ਜਾਣਿਆ ਜਾਊ ਨਾ ਵੀ ਆਹ ਪਿੰਡ 'ਚ ਪੰਜ ਗੁਰਦੁਆਰੇ ਹੈ ਇਹ ਕਿਹਦੇ ਹੈ ਜਦੋਂ ਤੱਕ ਆਵਾਜ਼ ਇਹ ਆਊਗੀ ਵੀ ਇੱਕ ਮਜ਼੍ਹਬੀ ਸਿੱਖਾਂ ਦਾ ਇੱਕ ਜੱਟ ਸਿੱਖਾਂ ਦਾ ਇੱਕ ਰਵਿਦਾਸੀਆਂ ਦਾ ਇੱਕ ਇਤਿਹਾਸਕ ਹੈ ਇੱਕ ਫਲਾਣੇ ਪ੍ਰਧਾਨ ਦਾ ਉਦੋਂ ਤੱਕ ਕਿਸੇ ਨੇ ਇਹ ਨਹੀਂ ਮੰਨਣਾ ਵੀ ਆਪਾਂ ਇੱਕ ਹੈ ਉਦੋਂ ਤੱਕ ਪਤਾ ਹੈ ਵੀ ਸਾਡਾ ਜਲੂਸ ਨਿਕਲਿਆ ਪਿਆ ਉਹ ਮੁੱਕਰ ਨਹੀਂ ਸਕਦਾ ਦੀਂਦਾ ਦੀਂਦਾ ਇਹ ਕੰਧਾਂ ਢਾਉਣੀਆਂ ਪੈਣਗੀਆਂ ਇਹ ਹਸਤੀਆਂ ਮਿਟਾਉਣੀਆਂ ਪੈਣਗੀਆਂ ਇਹ ਪਿਆਰ ਮੁਹੱਬਤ ਜਿਹੜਾ ਭਾਈਚਾਰਾ ਇਹ ਗੀਤ ਗਾਉਣੇ ਪੈਣਗੇ ਕੱਲਾ ਉਹ ਕੰਮ ਨਹੀਂ ਚੱਲਣਾ ਜੱਟ ਦੀ ਮੁੱਛ ਹੈ ਜੱਟ ਦੀ ਬੰਦੂਕ ਜੱਟ ਦੀ ਲੰਡੀ ਜੀਪ ਜੱਟ ਦੀ ਜ਼ਮੀਨ ਜੱਟ ਦਾ ਫਲਾਨਾ ਜੱਟ ਦਾ ਭੀਂਗੜਾ ਇਹ ਕੱਲਾ ਨਹੀਂ ਚੱਲਣਾ ਬਾਬਿਓ ਆਹ ਜਿਹੜਾ ਤੁਹਾਡੇ ਸਾਹਮਣੇ ਖੜਾ ਮੈਂ ਜ਼ਿਮੀਦਾਰ ਪਰਿਵਾਰ 'ਚੋਂ ਹੀ ਹੈ ਪਰ ਰੱਬ ਤੋਂ ਡਰ ਕੇ ਕਹਿੰਦਾ ਇੱਥੇ ਪੰਜਾਬ 'ਚ ਇਕੱਲੇ ਜੱਟ ਨਹੀਂ ਰਹਿੰਦੇ ਇੱਥੇ ਹੋਰ ਵੀ ਬਹੁਤ ਰਹਿੰਦੇ ਹੈ ਇੱਥੇ ਹੋਰ ਬਹੁਤ ਰਹਿੰਦੇ ਆ ਉਹਨਾਂ ਨੂੰ ਉਹਨਾਂ ਦੀ ਵੈਲਿਊ ਕਹਿਣੀ ਪੈਣੀ ਹੈ ਵੀ ਤੂੰ ਖਾਸ ਬੰਦਾ ਹੈ ਕਹਿਣਾ ਪੈਣਾ ਅੱਜ ਮਜ਼੍ਹਬੀ ਸਿੰਘ ਹੈ ਹਾਂਜੀ ਮੈਂ ਮਜ਼੍ਹਬੀ ਸਿੰਘ ਹੈ ਤੂੰ ਬੜਾ ਖਾਸ ਬੰਦਾ ਹੈ ਤੇਰੇ ਪਿਓ ਦਾਦਿਆਂ 'ਚੋਂ ਬਾਬਾ ਜੀਵਨ ਸਿੰਘ ਹੋਣੀ ਹੋਇਆ ਤੂੰ ਬੜਾ ਵੱਡਾ ਬੰਦਾ ਹੈ ਜੇ ਕੋਈ ਚਮਿਆਰ ਭਾਈਚਾਰੇ 'ਚੋਂ ਬੈਠਾ ਉਹਨੂੰ ਕਹਿਣਾ ਪੈਣਾ ਹੈ ਉਹ ਰਵਿਦਾਸ ਦਾ ਪੋਤਾ ਹੋਏ ਹੈ ਕਹਿਣਾ ਪੈਣਾ ਹੈ ਔਰ ਜੇ ਕੋਈ ਮੁਸਲਮਾਨ ਭਾਈ ਕੋਈ ਮਸੀਹ 'ਚ ਸਜਦਾ ਕਰਨ ਚੱਲਿਆ ਨਾ ਕੋਈ ਨਮਾਜ਼ ਅਦਾ ਕਰਨ ਚੱਲਿਆ ਉਹਨੂੰ ਕਹਿਣਾ ਪੈਣਾ ਸਾਡੇ ਸਿੱਖ ਭਾਈ ਨੂੰ ਵੀ ਛੇਤੀ ਆ ਜੀ ਬਹਿ ਕੇ ਬਾਬੇ ਸ਼ੇਖ ਫਰੀਦ ਦੀ ਬਾਣੀ ਪੜਾਂਗੇ ਬਾਬੇ ਦੀ ਬਾਣੀ ਗੁਰਬਾਣੀ ਯਾਰ ਇਹ ਤਾਂ ਠੇਕਾ ਲੈ ਕੇ ਰੱਖ ਲਿਆ ਕੁਛ ਕੁ ਲੋਕਾਂ ਨੇ ਵੀ ਸਾਡਾ ਹੈ ਜਿਹਨਾਂ ਨੇ ਠੇਕਾ ਲਾ ਲਿਆ ਉਹਨਾਂ ਨੇ ਵੰਡ ਕੇ ਰੱਖ ਲਿਆ ਵੀ ਆਹ ਬਾਣੀ ਸਾਡੀ ਆ ਛੇੜਿਓ ਨਾ ਉਹ ਨਹੀਂ ਆ ਬਾਬਾ ਇੱਥੇ ਮਾਰ ਪਈ ਆ ਸਾਨੂੰ ਇੱਥੇ
ਇਹ ਸਾਡੀਆਂ ਜਿਹੜੀਆਂ ਕੰਧਾਂ ਕੱਢੀਆਂ ਧਰਾਂ ਪਈਆਂ ਸਾਡੇ ਆਪਸੀ ਕਲੇਸ਼ ਦਾ ਬਾਹਰ ਲਿਆਣਾ ਫਾਇਦਾ ਲਿਆ ਔਰ ਲੈ ਰਹੇ ਆ ਆਉਣ ਵਾਲੇ ਟਾਈਮ 'ਚ ਹੋਰ ਲੈਣਗੇ ਸੋ ਰੱਬ ਦਾ ਵਾਸਤਾ ਹੈ ਆ ਮੇਲੇ ਲੱਗਦੇ ਰਹਿਣ ਸਭਾਵਾਂ ਲੱਗਦੀਆਂ ਰਹਿਣ ਪਰ ਕਸਮਾਂ ਖਾ ਕੇ ਜਾਈਏ ਵੀ ਅੱਜ ਤੋਂ ਜ਼ਾਤ ਧਰਮ ਵੇਖ ਕੇ ਨਹੀਂ ਬੰਦਾ ਵੇਖ ਕੇ ਵੀ ਇਹਦੇ 'ਚ ਰੱਬ ਵੱਸਦਾ ਮੈਂ ਕੀ ਲੜਾਂ ਯਾਰ ਇਹਦੀ ਜ਼ਾਤ ਕੀ ਹੈ ਤਾਂ ਧਰਮ ਕੀ ਹੈ ਮੇਰੀ ਯਾਰੀ ਹੈ ਤਾਂ ਹੈ ਇਹ ਮੁਹੱਬਤ ਦੀ ਖੇਡ ਹੈ ਬਾਬਿਓ ਪੰਜਾਬ ਇਸ ਵੇਲੇ ਹੋਰ ਕੁਛ ਨਹੀਂ ਮੰਗਦਾ ਮੁਹੱਬਤ ਮੰਗਦਾ ਹੈ ਪੰਜਾਬ ਇਹ ਇਹ ਭਾਈਚਾਰਕ ਸਾਂਝ ਮੰਗਦਾ ਜਿਹੜੀ ਅੱਜ ਤੋਂ ਕਈ ਦਹਾਕੇ ਪਹਿਲਾਂ ਹੁੰਦੀ ਸੀ ਯਾਰ ਠੱਗ ਚੋਰ ਬਣੇ ਪਏ ਆ ਆਪਦੇ ਮਤਲਬ ਦੀ ਦੁਨੀਆ ਆਪਦਾ ਕੰਮ ਕੀਤਾ ਲੰਘ ਗਿਆ ਇੱਥੋਂ ਉੱਪਰ ਉੱਠਣਾ ਪੈਣਾ ਬਾਬਿਓ ਇਹ ਕਨਫਰਮ ਹੈ ਵਾਪਸੀ ਦੀ ਟਿਕਟ ਇਸ ਕਰਕੇ ਜਿੰਨਾ ਸਮਾਂ ਮਹਾਰਾਜ ਬਖਸ਼ਦੇ ਆ ਨਾ ਤੇ ਪਿਆਰ ਜਿਹਾ ਹੀ ਕਰੀ ਚੱਲ ਯਾਰ ਪਿਆਰ ਜਿਹਾ ਹੀ ਕਰੀ ਚੱਲ ਬਸ ਅਖੰਡ ਪਾਠ ਚਾਰ ਘੱਟ ਕਰਾ ਲਈ ਸਰਜੂਗਾ ਸਹਿਜ ਪਾਠ ਲੜੀਆਂ ਕੋਤਰੀਆਂ ਕਰਾਉਣ ਦੀ ਬਜਾਏ ਇੱਕ ਹੀ ਕਰ ਲਈ ਪਰ ਆਪ ਕਰ ਲਈ ਜਿਹੜਾ ਪੈਸੇ ਦੇ ਕੇ ਬਣਵਾਉਣਾ ਨਾ ਵੀ ਆਹ ਚੱਕ 21,000 ਤੇ ਪੜ੍ਹਦੇ ਇਹ ਪ੍ਰੇਮ ਨਹੀਂ ਆ ਬਾਬਿਓ ਵਪਾਰ ਹੈ ਜਿਵੇਂ ਕੋਈ ਹਿੰਦੂ ਭਾਈ ਸ਼ਿਵਲਿੰਗ ਤੇ ਜਾ ਕੇ ਦੁੱਧ ਚੜ੍ਹ ਕੇ ਤੇ ਬਿੱਲ ਦੇ ਪੱਤੇ ਨਾਲ ਉੱਥੇ 500 ਦਾ ਮੱਥਾ ਟੇਕ ਕੇ ਕਹਿੰਦਾ ਨਾ ਕਿ ਬਾਬਾ ਜੀ ਆਪ ਤਾਂ ਭੋਲੇ ਹੋ 5,00,000 ਦੇ ਦਿਓ ਇਹ ਬੰਦਗੀ ਨਹੀਂ ਆ ਬਾਬਿਓ ਇਹ ਵਪਾਰ ਹੈ ਜੇ ਕਿਸੇ ਪੀਰ ਫਕੀਰ ਬਾਬੇ ਮਹਾਂਪੁਰਸ਼ ਫੱਕਰ ਔਲੀਏ ਕੋਲੇ ਜਾ ਕੇ ਜੇ ਕਹਿੰਦੇ ਹੋ ਨਾ ਚੱਕ ਪਾਸਪੋਰਟ ਤੇ ਵੀਜ਼ਾ ਲਾ ਦੇ ਵਪਾਰ ਕਰਦੇ ਹੋ ਰਾਧੇ ਰਾਧੇ ਗਾਉਣਾ ਅੱਲਾ ਅੱਲਾ ਗਾਉਣਾ ਵਾਹਿਗੁਰੂ ਗਾਉਣਾ ਵਾਹਿਗੁਰੂ ਗਾਉਣਾ ਅੱਲਾ ਅੱਲਾ ਗਾਉਣਾ ਰਾਧੇ ਰਾਧੇ ਗਾਉਣਾ ਨਾਰਾਇਣ ਜੀ ਗਾਉਣਾ ਨਾਰਾਇਣ ਜੀ ਗਾਉਣਾ ਕੋਈ ਹਰਿਮੰਦਰ ਸਾਹਿਬ ਮੁਸਲਮਾਨ ਭਰਾ ਜਾਂ ਕੋਈ ਹਿੰਦੂ ਭਰਾ ਬੈਠਾ ਉੱਥੇ ਗੁਟਕਾ ਸਾਹਿਬ ਤੇ ਪਾਠ ਕਰ ਰਿਹਾ ਹੋਵੇ ਸਾਨੂੰ ਦੇਖ ਕੇ ਬਹੁਤ ਚੰਗਾ ਲੱਗਦਾ ਹੈ ਪੰਜਾਬ ਵਾਲਿਓ ਕੋਈ ਹਰਿਮੰਦਰ ਸਾਹਿਬ ਕੋਈ ਹਿੰਦੂ ਭੈਣ ਭਰਾ ਕੋਈ ਮੁਸਲਮਾਨ ਭੈਣ ਭਰਾ ਗੁਟਕਾ ਸਾਹਿਬ ਲੈ ਕੇ ਗੁਰੂ ਦੀ ਬਾਣੀ ਦਾ ਪਾਠ ਕਰ ਰਿਹਾ ਹੋਵੇ ਸਾਨੂੰ ਵੇਖ ਕੇ ਬਹੁਤ ਚੰਗਾ ਲੱਗਦਾ ਹੈ ਜੇ ਸਾਨੂੰ ਚੰਗਾ ਲੱਗਦਾ ਹੈ ਤਾਂ ਫਿਰ ਮੈਨੂੰ ਸਿੱਖ ਹੋਣ ਦੇ ਨਾਂ 'ਤੇ ਮੰਦਰ 'ਚ ਜਾ ਕੇ ਢੂਹੀ ਸਿੱਧੀ ਕਰਕੇ ਜੇ ਮੈਂ ਕਹਿੰਦਾ ਵੀ ਹਰੀ ਓਮ ਨਮੋ ਨਾਰਾਇਣ ਪ੍ਰੋਬਲਮ ਕੀ ਹੈ ਮੈਨੂੰ ਸਿੱਖ ਹੋਣ ਦੇ ਨਾਂ 'ਤੇ ਮਸਜਿਦ 'ਚ ਜਾ ਕੇ ਕਿਸੇ ਮੁਸਲਮਾਨ ਭੈਣ ਭਰਾ ਨਾਲ ਬਹਿ ਕੇ ਜੇ ਮੈਂ ਕਹਿ ਦਿਆਂ ਯਾ ਅੱਲਾ ਤਾਂ ਪ੍ਰੋਬਲਮ ਕੀ ਹੈ ਕੋਈ ਡੰਗ ਵੱਜਦਾ ਆਹੀ ਵੱਜੀ ਜਾਂਦਾ ਬਸ ਇਹ ਤੋਂ ਅੱਗੇ ਚੱਲ ਬਾਬਾ ਗੁਰੂ ਦਾ ਸਿੱਖ ਕੌਣ ਹੈ ਜਿਹਦੇ ਕੋਲੇ ਮੁਹੱਬਤ ਹੈ ਜਿਹਦੇ ਕੋਲੇ ਸੋਝੀ ਹੈ ਜਿਹੜਾ ਰੋਜ਼ ਸਿੱਖਦਾ ਹੈ ਰੋਜ਼ ਹੀ ਸਿੱਖਦਾ ਜਿਹੜਾ ਇਸ ਕਰਕੇ ਕਿਤੇ ਮੰਦਰ 'ਚ ਕਿਤੇ ਗਾਉਣ ਜਾਈਦਾ ਤਾਂ ਉੱਥੇ ਮਾਣ ਨਾ ਗਾਈਦਾ ਯਾਰ ਹਰੀ ਓਮ ਨਮੋ ਨਾਰਾਇਣ ਰਾਧੇ ਕ੍ਰਿਸ਼ਨਾ 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 ਹਰੇ ਹਰੇ ਮਾਣ ਨਾ ਗਾਈਦਾ ਯਾਰ ਇਹ ਗੂੰਜਣੇ ਚਾਹੀਦੇ ਆ ਪੰਜਾਬ 'ਚ ਵਾਹਿਗੁਰੂ ਗਾਉਣਾ ਰਾਧੇ ਰਾਧੇ ਗਾਉਣਾ ਅੱਲਾ ਅੱਲਾ ਗਾਉਣਾ ਸਿੱਖ ਲੈ ਠੰਡੇ ਦਿੰਦਾ ਝੋਲੇ ਤੱਕੜੀ ਨਾਨਕ ਦੀ ਤੇਰਾ ਹੀ ਤੇਰਾ ਬੋਲੇ ਵੇ ਤੱਕੜੀ ਨਾਨਕ ਦੀ people
ਮਸਤ ਬਣਾ ਦੇਣਗੇ ਬੀਬਾ ਨਾ ਜਾਈ ਪੇਸ਼ ਕਰਨ ਲੱਗਿਆ ਜੀ ਜਿੱਥੇ ਕਹੇਗਾ ਮਰੂੰਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ ਤੇ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਟਿਕਟਾਂ ਦੋ ਲੈ ਲਈ ਮੈਨੂੰ ਤੁਹਾਡਾ ਸਭ ਪਤਾ ਹੈ ਆਈ ਨੋ ਐਵਰੀਥਿੰਗ ਅਬਾਊਟ ਯੂ ਪਰ ਇੱਥੇ ਮਸਲਾ ਟਿਕਟਾਂ ਪਤਾ ਕਿਹੜੀਆਂ ਹੈ ਪਹਿਲਾਂ ਹੀ ਹੈ ਇਹੀ ਜੀ ਉਹ ਵੀ ਲਾ ਦਿੰਦੇ ਬਾਈ ਕਹਿੰਦੇ ਦਿੱਲੀ ਵਾਲਾ ਲਾ ਦਿਓ ਤੁਹਾਨੂੰ ਉਸ ਕਿਸਾਨੀ ਮੋਰਚੇ ਦੀ ਜਿੱਤ ਦੀਆਂ ਬਹੁਤ ਮੁਬਾਰਕਾਂ ਤੁਹਾਨੂੰ ਇੱਕ ਤਾੜੀ ਮਾਰ ਲਓ ਭਾਵੇਂ ਆ ਜਿਹੜਾ ਰੌਲਾ ਅਸੀਂ ਸਟੇਜਾਂ ਤੇ ਦਿਨ ਰਾਤ ਪਾਉਂਦੇ ਫਿਰਦੇ ਹਾਂ ਨਾ ਆਪਦੇ ਗੀਤਾਂ ਚ ਕਿ ਆਪਾਂ ਅੱਡ ਅੱਡ ਨਹੀਂ ਹੈਗੇ ਬਾਬੇ ਉਹ ਆਪਾਂ ਇੱਕ ਹੀ ਹੈ ਉਹ ਜਿਹੜਾ ਕਿਸਾਨੀ ਮੋਰਚਾ ਸੀ ਨਾ ਦਿੱਲੀ ਵਾਲਾ ਉਹ ਉਦਾਹਰਨ ਸੀ ਕਿ ਅਸੀਂ ਸੱਚੀ ਇੱਕ ਹੈ ਔਰ ਜੇ ਅਸੀਂ ਇੱਕ ਹੋਵਾਂਗੇ ਤਾਂ ਸਾਡੀ ਸਟਰੈਂਥ ਕੀ ਹੈ ਸਾਡੀ ਪਾਵਰ ਕੀ ਹੈ ਤਾਂ ਉਹ ਪਾਵਰ ਹੈ ਵੀ ਇੱਕ ਸਮੇਂ ਦੀ ਸੈਂਟਰ ਸਰਕਾਰ ਬਾਅਦ ਵਿੱਚ ਗੱਲ ਕਹਿ ਰਹੀ ਹੈ ਕਿ ਜੇ ਤੁਹਾਨੂੰ ਇਹ ਬਿੱਲ ਨਹੀਂ ਮਨਜ਼ੂਰ ਤਾਂ ਕੋਈ ਗੱਲ ਨਹੀਂ ਅਸੀਂ ਵਾਪਸ ਲੈ ਲੈਂਦੇ ਹਾਂ ਥੈਂਕ ਯੂ ਬਹੁਤ ਉੱਥੇ ਰੌਲਾ ਕੀ ਸੀ ਵੀ ਉੱਥੇ ਇਹ ਨਹੀਂ ਪੁੱਛਿਆ ਗਿਆ ਵੀ ਤੂੰ ਸਿੱਖ ਹੈ ਤੂੰ ਹਿੰਦੂ ਹੈ ਤਾਂ ਮੁਸਲਮਾਨ ਹੈ ਨਾ ਕੋਈ ਜਾਤ ਪੁੱਛੀ ਗਈ ਤੂੰ ਜੱਟ ਹੈ ਕੋਈ ਤੂੰ ਮਜ਼ਬੀ ਹੈ ਤੂੰ ਕੌਣ ਹੈ ਬਾਈ ਇੰਨੀ ਗੱਲ ਸੀ ਵੀ ਕਿ ਮਿੱਟੀ ਦਾ ਪੁੱਤ ਤੇ ਮਿੱਟੀ ਦਿੱਤੀ ਹੈ ਕੁਛ ਨਹੀਂ ਪੁੱਛਿਆ ਗਿਆ ਉੱਥੇ ਅਸੀਂ ਅਕਸਰ ਦੇਖਦੇ ਸੀ ਕੋਈ ਸਾਡਾ ਹਿੰਦੂ ਭਰਾ ਕੋਈ ਮੁਸਲਮਾਨ ਭਰਾ ਦਾਲ ਵਾਲੀ ਬਾਲਟੀ ਚੱਕ ਕੇ ਬਾਪੂ ਜੀ ਇੱਦਾਂ ਹੀ ਲੰਗਰ 'ਚ ਫਿਰਦੇ ਸੀ ਦਾਲ ਵਾਹਿਗੁਰੂ ਭਾਈ ਦਾਲ ਵਾਹਿਗੁਰੂ ਭਾਈ ਦਾਲ ਵਾਹਿਗੁਰੂ ਭਾਈ ਤਾਂ ਉਹ ਸਾਡੀ ਜਿੱਤ ਸੀ ਉਹ ਸਾਡੀ ਜਿੱਤ ਸੀ ਗੱਲਾਂ ਦਾ ਕੜਾਹ ਜਿੰਨਾ ਮਰਜ਼ੀ ਬਣਾਈ ਚੱਲ ਗਏ ਬਾਬਿਓ ਪਰ ਜਦੋਂ ਤੱਕ ਅੰਦਰ ਮੁਹੱਬਤ ਨਹੀਂ ਨਾ ਆਉਂਦੀ ਅੰਦਰ ਦੀ ਜਿਹੜੀ ਗਰਾਰੀ ਹੈ ਉਹ ਨਹੀਂ ਸਿੱਧੀ ਹੁੰਦੀ ਉਦੋਂ ਤੱਕ ਗੱਲ ਨਹੀਂ ਬਣਨੀ ਇਸ ਕਰਕੇ ਪਿਆਰ ਮੁਹੱਬਤ ਪਿਆਰ ਮੁਹੱਬਤ ਪਿਆਰ ਮੁਹੱਬਤ ਬਾ ਇਸ਼ਕ ਹੀ ਹੋਵੇ ਬਾਬਿਓ ਇਸ਼ਕ ਹੀ ਹੋਵੇ ਇਸ਼ਕ ਹੀ ਹੋਵੇ ਆ ਜਾਓ ਜਿੰਨਾ ਮੇਰਾ ਬਾਬਾ ਮਿਹਰ ਕਰੇ ਇਹ ਕਿਹੜਾ ਗੀਤ ਆ ਭਲਾ ਜੀ ਵਿੱਚ ਗਾ ਦਿੰਦਾ ਵੱਡੇ ਬਾਈ ਵਿੱਚ ਗਾ ਦਿੰਦਾ ਪਾਣੀ ਦਾ ਪੁਰਾ ਅੱਛਾ ਮੇਰੇ ਕੋਲ ਹੀ ਹੈ ਜਿਹਨੂੰ ਬਾਹਰ ਭਾਲਦਾ ਫਿਰਦਾ ਉਹ ਤੇਰੇ ਅੰਦਰ ਵਸਦਾ ਜੀ ਅੱਜ ਹੁਣ ਪਾਣੀ ਵਾਲੀ ਗੱਲ ਆ ਨਾ ਵੀ ਮੈਨੂੰ ਆਈ ਨੀ ਪਤਾ ਲੱਗਿਆ ਵੀ ਮੇਰੇ ਕੋਲ ਹੀ ਹੈ ਤੁਸੀਂ ਹੁਣ ਆ ਰਹੇ ਹੋ ਅੱਛਾ ਦੁਬਾਰਾ ਮੈਨੂੰ ਤਾਂ ਆਏ ਸੀ ਕਿਤੇ ਹੁਣ ਹੀ ਆਏ ਹੋ ਹੈਲੋ ਬ੍ਰਦਰ ਜਿੰਨਾ ਟਿਕਟਾਂ ਦੀ ਗੱਲ ਮੈਂ ਕਰਨ ਲੱਗਾ ਵਿਛੜਿਓ ਕੰਨ ਖੋਲ ਕੇ ਸੁਣ ਲਿਓ ਜਿੰਨਾ ਟਿਕਟਾਂ ਦੀ ਔਰ ਇੱਕ ਚੀਜ਼ ਹੋਰ ਦੇਖਿਓ ਮੈਂ ਅਕਸਰ ਸਟੇਜਾਂ ਤੇ ਗੱਲ ਕਹਿੰਦਾ ਨਾ ਵੀ ਆਹ ਜਿਹੜੀ ਚੀਕ ਜੀ ਮਾਰਦੇ ਆ ਬੰਦੇ ਦਾ ਵਿਆਹ ਹੋ ਜਾਏ ਚੀਕ ਵੱਜਦੀ ਨਹੀਂ ਮੈਂ
ਮੈਂ ਸ਼ੋਰ ਹਾਂ ਇਸ ਗੱਲ ਦੀ ਵੀ ਬੰਦੇ ਦਾ ਇੱਕ ਵਾਰੀ ਵਿਆਹ ਹੋ ਜਾਏ ਘਰੋਂ ਬਾਹਰ ਨਿਕਲ ਕੇ ਸਰਦਾਰਾ ਜੇ ਚੀਕ ਮਾਰ ਜੇ ਆਪਾਂ ਨੀਵੇਂ ਥਾਂ ਬਹਿ ਜਾਂਗੇ ਬਾਬਿਓ ਇਹ ਬੰਦੇ ਵੀ ਦਿਨ ਰਾਤ ਮਿਲਦੇ ਆ ਮੈਨੂੰ ਇਹ ਸਾਰੇ ਭਰਾ ਮੇਰੇ ਉਹੀ ਬੰਦੇ ਆ ਜਿਹਨਾਂ ਦਾ ਵਿਆਹ ਨਹੀਂ ਹੋਇਆ ਇਹਦੇ ਪਿੱਛੇ ਲੌਜਿਕ ਹੈ ਪ੍ਰੋ ਹੈ ਜਿਹਦੀਆਂ ਘਰੇ ਰੋਜ਼ ਵੱਜਦੀਆਂ ਉਹ ਬਾਹਰ ਨਹੀਂ ਮਾਰਦੇ ਹੈ ਜਿੰਨਾ ਟਿਕਟਾਂ ਦੀ ਗੱਲ ਮੈਂ ਕਰਨ ਲੱਗਾ ਉਹ ਨਾ ਮਿਲਦੀਆਂ ਵਿੱਚ ਬਾਜ਼ਾਰ ਟਿਕਟਾਂ ਯਾਰ ਕੁਰਸੀ ਦੇ ਦਿਆ ਮੈਨੂੰ ਇੱਥੇ ਬੜਾ ਮੂੰਹ ਜਿਹਾ ਦਿਖ ਜਾਣਗੇ ਸਾਰਿਆਂ ਦੇ ਯਾਰ ਇੱਥੇ ਦੇ ਦੇ ਹੁਣ ਮੇਰੀ ਕੋਕਾ ਕੋਲ ਵਾਲੀ ਬੇਬੇ ਵੀ ਦਿੰਦੀ ਆ ਨੀ ਬੇਬੇ ਦੱਸ ਦੇ ਨਾ ਕੁੱਤਰਿਆਂ ਨੂੰ ਜਿੰਨਾ ਟਿਕਟਾਂ ਦੀ ਗੱਲ ਮੈਂ ਕਰਨ ਲੱਗਾ ਇਹ ਨਾ ਮਿਲਦੀਆਂ ਵਿੱਚ ਬਾਜ਼ਾਰ ਟਿਕਟਾਂ ਜਾਣਾ ਹੋਵਾ ਜੇ ਕੈਨੇਡਾ ਅਮਰੀਕਾ ਨੂੰ ਲੈ ਲਓ 500 ਤੇ ਭਾਵੇਂ 1000 ਟਿਕਟਾਂ ਇਹ ਨਾਨਕ ਨਾਮ ਦੇ ਜਹਾਜ਼ ਚੋਂ ਮਿਲਦੀਆਂ ਨੇ ਇਹ ਬਾਬੇ ਨਾਨਕ ਦੇ ਜਹਾਜ਼ ਚੋਂ ਮਿਲਦੀਆਂ ਨੇ ਜਿਹੜੀਆਂ ਜੋੜਦੀਆਂ ਤਾਰ ਨਾਲ ਤਾਰ ਟਿਕਟਾਂ ਜਿਹੜੀਆਂ ਜੋੜਦੀਆਂ ਤਾਰ ਨਾਲ ਤਾਰ ਟਿਕਟਾਂ ਇੱਥੇ ਆ ਕੇ ਤਾਂ ਮਾਸ਼ੂਕ ਆਪਣੇ ਆਸ਼ਕ ਨੂੰ ਕਹਿ ਦਿੰਦੀ ਹੈ ਸਰੈਂਡਰ ਆ ਇੱਥੇ ਬਾਬਿਓ ਇੱਥੇ ਤਾਂ ਸਿੱਧੀ ਗੱਲ ਕਹਿੰਦੀ ਵੀ ਸੁਣ ਤੂੰ ਭਾਵੇਂ ਮੈਂ ਨਾ ਸੁਣ ਸੱਜਣਾ ਸੁਣ ਤੂੰ ਭਾਵੇਂ ਨਾ ਸੁਣ ਸੱਜਣਾ ਵੇ ਸਾਡੀ ਤਾਂ ਫਰਿਆਦ ਵੇ ਨਾ ਕੋਈ ਤੈਥੋਂ ਪਹਿਲਾਂ ਸੀ ਤੇ ਨਾ ਕੋਈ ਤੈਥੋਂ ਬਾਅਦ ਵੇ ਖਸਮਾ ਨਾ ਕੋਈ ਤੈਥੋਂ ਵੇ ਪਹਿਲਾਂ ਸੀ ਤੇ ਨਾ ਕੋਈ ਤੈਥੋਂ ਬਾਅਦ ਜਦੋਂ ਦੀਆਂ ਤੇਰੇ ਨਾਲ ਲਾਈਆਂ ਨੇ ਜਦੋਂ ਦੀਆਂ ਤੇਰੇ ਨਾਲ ਲਾਈਆਂ ਨੇ ਵੇ ਦੁਨੀਆਂ ਦੀ ਭੀੜ ਤੋਂ ਬਚਦੇ ਆਂ ਜਦੋਂ ਦੀਆਂ ਤੇਰੇ ਨਾਲ ਲਾਈਆਂ ਨੇ ਵੇ ਦੁਨੀਆਂ ਦੀ ਭੀੜ ਤੋਂ ਬਚਦੇ ਆਂ ਪਹਿਲਾਂ ਬਾਹਰੋਂ ਜੱਚਦੇ ਸੀ ਵੇ ਅੱਜ ਕੱਲ੍ਹ ਅੰਦਰੋਂ ਜੱਚਦੇ ਜਦੋਂ ਦੀਆਂ ਤੇਰੇ ਨਾਲ ਲਾਈਆਂ ਨੇ ਵੇ ਦੁਨੀਆਂ ਦੀ ਭੀੜ ਤੋਂ ਬਚਦੇ ਆਂ ਪਹਿਲਾਂ ਬਾਹਰੋਂ ਜੱਚਦੇ ਸੀ ਵੇ ਅੱਜ ਕੱਲ੍ਹ ਅੰਦਰੋਂ ਜੱਚਦੇ ਆਂ ਇਹ ਦਿਲ ਵੀਰਾਨ ਸੀ ਫਕਰਾਂ ਦਾ ਇਹ ਨਾਂ ਰੇ ਵੇ ਇਹ ਦਿਲ ਵੀਰਾਨ ਸੀ ਫਕਰਾਂ ਦਾ ਇਹ ਦਿਲ ਵੀਰਾਨ ਸੀ ਫਕਰਾਂ ਦਾ ਜਿਹੜਾ ਕੀਤਾ ਤੂੰ ਆਬਾਦ ਵੇ ਨਾ ਕੋਈ ਤੈਥੋਂ ਪਹਿਲਾਂ ਸੀ ਤੇ ਨਾ ਕੋਈ ਤੈਥੋਂ ਬਾਅਦ ਵੇ ਖਸਮਾ ਵੇ ਨਾ ਕੋਈ ਤੈਥੋਂ ਬਾਅਦ ਆਖਰੀ ਸ਼ੇਰ ਹੈ ਕਿ ਇਹ ਕੱਪੜਿਆਂ ਵਾਂਗੂ ਸੱਜਣਾ ਵੇ ਨਾ ਇਹ ਕੁੜਤਿਆਂ ਵਾਂਗੂ ਸੱਜਣਾ ਵੇ ਸਾਥੋਂ ਸੱਜਣ ਬਦਲੇ ਨਹੀਂ ਜਾਣੇ ਇਹ ਕੱਪੜਿਆਂ ਵਾਂਗੂ ਸੱਜਣਾ ਵੇ ਸਾਥੋਂ ਸੱਜਣ ਬਦਲੇ ਨਹੀਂ ਜਾਣੇ ਤੈਨੂੰ ਤੱਕਿਆ ਹੱਜ ਸਾਡਾ ਅਸੀਂ ਦਰ ਦਰ ਧੱਕੇ ਨਹੀਂ ਖਾਣੇ ਹਾਂ ਬਾਬਾ ਕਹਿੰਦਾ ਨਾ ਖਸਮ ਵਿਸਾਰੇ ਤੇ ਕਮਜ਼ਾਤ ਅਸਲੀ ਖਸਮ ਦੀ ਪਛਾਣ ਆ ਗਈ ਨਾ ਜਦੋਂ ਬਾਬਾ ਫਿਰ ਤਾਂ ਭੱਜ ਨੱਠੀ ਨਿਬੜ ਗਈ ਇਹ ਕੱਪੜਿਆਂ ਵਾਂਗੂ ਸੱਜਣਾ ਵੇ ਸਾਥੋਂ ਸੱਜਣ ਬਦਲੇ ਨਹੀਂ ਜਾਣੇ
ਮੈਨੂੰ ਤੱਕਿਆ ਹੱਜ ਸਾਡਾ ਅਸੀਂ ਦਰ ਦਰ ਤੱਕੇ ਨਹੀਂ ਖਾਣੇ ਧੋਬੀ ਦੇ ਹਾਂਜੀ ਹਾਂਜੀ ਲਾਜ਼ਮੀ ਲਾਜ਼ਮੀ ਬਾਬਾ ਮਾਤਾ ਧੋਬੀ ਦੇ ਘਰ ਦੇ ਕੁੱਤੇ ਬਣ ਜਿਉਣਾ ਧੋਬੀ ਦੇ ਘਰ ਦੇ ਕੁੱਤੇ ਬਣ ਜਿਉਣਾ ਕਾਹਦਾ ਯਾਰ ਸਵਾਦ ਇੰਨਾ ਕੋਈ ਤਾਂ ਇੱਥੋਂ ਪਹਿਲਾਂ ਸੀ ਤੇ ਨਾ ਕੋਈ ਤਾਂ ਇੱਥੋਂ ਬਾਅਦ ਵੇ ਖਸਮਾ ਨਾ ਕੋਈ ਤਾਂ ਇੱਥੋਂ ਪਹਿਲਾਂ ਸੀ ਤੇ ਨਾ ਕੋਈ ਤਾਂ ਇੱਥੋਂ ਬਾਅਦ ਵੱਜਦੀ
ਵੱਜਦੀ ਵੱਜਦੀ ਫਿਰਾ ਮੈਂ ਤੇਰੇ ਵੱਜਦੀ ਫਿਰਾ ਮੈਂ ਤੇਰੇ ਵੇ ਟਿਕਟਾਂ ਤੋਂ ਲੈ ਲਈ ਤੇਰੀ ਭੀਨ ਉੱਤੇ ਜੋਗਿਆ ਰੂਹ ਮੇਲ
ਮੰਦਰਾ ਮਸੀਤਾਂ ਵਿੱਚ ਬੜਾ ਤੈਨੂੰ ਢੋਲਿਆ ਆ ਮੰਦਰਾ ਮਸੀਤਾਂ ਵਿੱਚ ਬੜਾ ਤੈਨੂੰ ਢੋਲਿਆ ਜਿੱਥੋਂ ਆਵਾਜ਼ ਮਾਰੀ ਉੱਥੋਂ ਕੋਈ ਵੀ ਨਾ ਬੋਲਿਆ ساڈے بزرگاں دا میرے ویراں دا دوستاں دا چھوٹے بچیاں دا پولیس آفیسر صاحباناں دا اے مووی والے بھراواں دا ٹینٹ والےاں دا سب دا جو بھی جنہاں نے آ سارا ڈیزائننگ کیتی ہے ڈیمپی ساؤنڈ ساڈے بھرا استاد بندے اور او وار وار دیندے آ جنہیں کرتی کامے اپنی دکاناں لا کے اتھے آپدی روزی روٹی لے آئے سو جان تو پہلے ایک بار پھر تہاڈے اندر وس دے اس پرماتما نوں میرا کوٹی کوٹ پرنام قبول کرو بہت چنگا لگیا بہت شکر مہاراج دا کہ جون دے مہینے اینی ٹھنڈ چ گواؤندا ہو اے ہن مرضی سونے دی ہے میں مری تے آؤں کدے کدے باجاں والا بن کے نیہاں چ پت چڑھواؤں کدے کرشن کنہیا بن کے گواں دا وگ چراؤں پر مرضی سونے دی وہ میں مری تے آتا ہے مرضی مالک دی وہ میں مری تے آتا ہے سو آ جاؤ جانے جانے ایک وہی ججارو گیت فصلوں دے فیصلے کسان کروں گا سو گا کے تھوڑے تو آگے چاہوں گے بابے آ جا پریشان کروں گا نی تیرا فائدے نالوں زیادہ نقصان
ਕੁਰਬਾਨ ਕਰੂਗਾ ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ ਉਹ ਫਸਲਾਂ ਦੇ ਫੈਸਲੇ ਅਸੀਂ ਹੱਕ ਦੀ ਲੜਾਈ ਹੱਕ ਨਾਲ ਲੜਾਂਗੇ ਅਸੀਂ ਹੱਕ ਦੀ ਲੜਾਈ ਓਏ ਹੱਕ ਨਾਲ ਲੜਾਂਗੇ ਅਸੀਂ ਜਿੱਤਾਂਗੇ ਤੇ ਦੇਗ ਤੇਗ ਫਤਿਹ ਬਣਾਂਗੇ ਓ ਸਾਨੂੰ ਮਾਣ ਪਿੰਡ ਵਾਲਿਓ ਸਾਨੂੰ ਮਾਣ ਪਿੰਡ ਵਾਲਿਓ ਆਪਣੇ ਇਤਿਹਾਸ ਦੇ ਉੱਤੇ ਬਾਕੀ ਦੁੱਧ ਪਾਣੀ ਇਹ ਜੰਗ ਦਾ ਮੈਦਾਨ ਕਰੂਗਾ ਨੀ ਤੈਨੂੰ ਦਿੱਲੀ ਐ ਇਕੱਠ ਪਰੇਸ਼ਾਨ ਕਰੂਗਾ ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ ਉਹ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ ਵੇਲਾ ਆ ਗਿਆ ਜਾਗ ਕਿਸਾਨਾ ਤਾਰਾ ਪਾ ਦੇਣਗੇ
ਸਤਿਕਾਰ ਤੁਹਾਡੇ ਸਾਰਿਆਂ ਲਈ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਕਿ ਦੋ ਤੋਂ ਤਿੰਨ ਮਿੰਟ ਦੇ ਦਿਓ ਉਹ ਲਾਲੀ ਮੇਰਾ ਛੋਟਾ ਵੀਰ ਹੈ ਕੋਈ ਸਮਾਂ ਹੁੰਦਾ ਸੀ ਅਸੀਂ ਵੀ ਇਦਾਂ ਕਿਤੇ ਸਟੇਜ ਤੇ ਪਾਸੇ ਖੜੇ ਹੁੰਦੇ ਸੀ ਕੋਈ ਗੌਰ ਵਾਲਾ ਲੱਗਿਆ ਹੁੰਦਾ ਸੀ ਪਲੀਜ਼ ਭਰਾ ਤੂੰ ਤੇ ਉਦੋਂ ਮੌਕੇ ਦੀ ਢੀਕ ਹੁੰਦੀ ਸੀ ਵੀ ਗਾਉਣ ਵਾਲਾ ਕਹੂਗਾ ਵੀ ਆ ਜਾ ਯਾਰ ਇਹ ਗੀਤ ਤੂੰ ਵੀ ਗਾ ਇਹਦੇ ਲਈ ਮਨ ਇੰਨਾ ਕੁ ਗਵਾਹੀ ਭਰਦਾ ਹੈ ਇੱਕ ਤਾਂ ਇਹ ਵੀ ਇਹ ਸਾਫ਼ ਸੁਥਰਾ ਗਾਉਂਦਾ ਹੈ ਭਲਾ ਬੰਦਾ ਹੈ ਤੇ ਤੈਨੂੰ ਗਾਉਣਾ ਆਉਂਦਾ ਹੈ ਇਹਨੂੰ ਮਹਾਰਾਜ ਨੇ ਗਾਉਣ ਵੀ ਬਖਸ਼ਿਆ ਸੋ ਬਾਪੂ ਜੀ ਪਲੀਜ਼ ਦੋ ਮਿੰਟਾਂ ਨੂੰ ਇਹਨੂੰ ਇਹਨੂੰ ਲੱਗਾ ਇੱਕ ਵਾਰੀ ਪਹਿਲਾਂ ਬਾਈ ਦੇ ਨਾਂ 'ਤੇ ਤਾੜੀ ਜ਼ਰੂਰ ਮਾਰ ਦਿਓ ਕਲਾਕਾਰ ਬਹੁਤ ਆ ਦੁਨੀਆ ਦੇ ਵਿੱਚ ਬਹੁਤ ਸਾਰੇ ਆ ਪਰ ਇਹ ਬਾਈ ਮੇਰੇ ਲਈ ਉਹ ਰੱਬ ਹੈ ਇੱਕ ਕਿ ਮੈਂ ਕਿਤੇ ਵੀ ਖੜਾ ਹੋਵਾਂ ਮੈਂ ਇੱਕ ਘੰਟਾ ਯਾਨੀ ਕਿ ਇੱਕ ਘੰਟਾ ਹੋ ਗਿਆ ਸੀ ਮੈਨੂੰ ਬਾਈ ਵਾਲਾ ਦੇਖਦੇ ਨੂੰ ਪਰ ਬਾਈ ਨੇ ਫਿਰ ਵੀ ਮੈਨੂੰ ਆਵਾਜ਼ ਮਾਰਦਾ ਹੀ ਮਾਰਦਾ ਹਰ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਤਾੜੀ ਖਿੱਚ ਕੇ ਮਾਰਦਾ ਨਹੀਂ ਤਾਂ ਕੋਈ ਪਛਾਣਦਾ ਨਹੀਂ ਕਲਾਕਾਰ ਪੂਰੀ ਰੀਝ ਨਾ ਹੋਈ ਬਸ ਮੇਰੇ ਕੋਲ ਹੀ ਇੱਕ ਯਾਦ ਏ ਚਿਰਾਂ ਤੋਂ ਜੋ ਦਿਲ ਚ ਲਕੋਈ ਬਸ ਮੇਰੇ ਕੋਲ ਹੀ ਇੱਕ ਯਾਦ ਏ ਚਿਰਾਂ ਤੋਂ ਜੋ ਦਿਲ ਚ ਲਕੋਈ ਮੈਨੂੰ ਸੁੱਖ ਦੇਣ ਲਈ ਜਹਾਜ਼ ਚੜ ਕੇ ਮੈਨੂੰ ਸੁੱਖ ਦੇਣ ਲਈ ਜਹਾਜ਼ ਚੜ ਕੇ ਆਪ ਕਿਹੜੀ ਰਾਹ ਚੁਣ ਲਈ ਮੇਰੀ ਉਮਰ ਵੀ ਲਾ ਦੇ ਮੇਰੇ ਪੁੱਤ ਨੂੰ ਤੂੰ ਰੱਬਾ ਲੱਗਦਾ ਏ ਬੇਬੇ ਦੀ ਦੁਆ ਸੁਣ ਲਈ ਮੇਰੀ ਉਮਰ ਵੀ ਲਾ ਦੇ ਮੇਰੇ ਪੁੱਤ ਨੂੰ ਤੂੰ ਰੱਬਾ ਲੱਗਦਾ ਏ ਬੇਬੇ ਦੀ ਦੁਆ ਸੁਣ ਲਈ ਖੁਸ਼ੀਆਂ ਨੇ ਮੈਥੋਂ ਮੁੱਖ ਮੋੜਿਆ ਰੋਗ ਦੁੱਖਾਂ ਵਾਲੇ ਮੈਨੂੰ ਮੋਲਿਆ ਆ ਜ਼ਿੰਦਗੀ 'ਚ ਰੱਬ ਨਹੀਂ ਸੀ ਮਿਲਿਆ ਪਿਆਰ ਬੇਬੇ ਦਾ ਵੀ ਮੈਥੋਂ ਖੋਲਿਆ ਆ ਜ਼ਿੰਦਗੀ 'ਚ ਰੱਬ ਨਹੀਂ ਸੀ ਮਿਲਿਆ ਪਿਆਰ ਬੇਬੇ ਦਾ ਵੀ ਮੈਥੋਂ ਖੋਲਿਆ ਤੇਰੀ ਗੋਦੀ ਵਾਲੀ ਨਿੱਕ ਕਿਤੇ ਮਿਲੀ ਨਾ ਤੇਰੀ ਗੋਦੀ ਵਾਲੀ ਨਿੱਕ ਕਿਤੇ ਮਿਲੀ ਨਾ ਦੁਨੀਆ ਮੈਂ ਸਾਰੀ ਘੁੰਮ ਲਈ ਮੇਰੀ ਉਮਰ ਵੀ ਲਾ ਦੇ ਮੇਰੇ ਪੁੱਤ ਨੂੰ ਤੂੰ ਰੱਬਾ ਲੱਗਦਾ ਏ ਬੇਬੇ ਦੀ ਦੁਆ ਸੁਣ ਲਈ ਮੇਰੀ ਉਮਰ ਵੀ ਲਾ ਦੇ ਮੇਰੇ ਪੁੱਤ ਨੂੰ ਤੂੰ ਰੱਬਾ ਲੱਗਦਾ ਏ ਬੇਬੇ ਦੀ ਦੁਆ ਸੁਣ ਲਈ ਇਹ ਮੇਰਾ ਗਾਣਾ ਆਉਣਾ 15-20 ਤਰੀਕ ਦੇ ਵਿੱਚ ਜ਼ਰੂਰ ਸੁਣਿਆ ਬੇਨਤੀ ਹੈ ਮੇਰੀ ਬਸ ਸਾਰਾ ਬਾਕੀ ਬਾਈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਾ ਪੀਰਾਂ ਫਕੀਰਾਂ ਦਾ ਬੋਲ ਸੱਚੇ ਦਰਬਾਰ ਕੀ ਜੈ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਚੰਗਾ ਭਾਈ ਫਿਰ ਜਾਂਦੇ ਰਹੇ ਕਦੇ ਫਿਰ ਮਿਲਾਂਗੇ ਬਾਪੂ ਜੀ ਬਹੁਤ ਬਹੁਤ ਪਿਆਰ ਸਤਿਕਾਰ ਤੁਹਾਡੇ ਲਈ ਬਹੁਤ ਮੇਰੀਆਂ ਮਾਵਾਂ ਲਈ ਮੇਰੀਆਂ ਭੈਣਾਂ ਲਈ ਬਜ਼ੁਰਗਾਂ ਲਈ ਭਰਾਵਾਂ ਲਈ ਅਫਸਰਾਂ ਲਈ ਸਾਡੇ ਪੁਲਿਸ ਆਫਿਸਰ ਸਾਹਿਬਾਨ ਬੈਠੇ ਸੋ ਤੁਹਾਡੇ ਸਾਰਿਆਂ ਲਈ ਬੜਾ ਮੋਹੀ ਪਿਆਰ ਬਾਬਿਓ ਜਾਂਦੇ ਰਹੇ ਕਦੇ ਫਿਰ ਮਿਲਾਂਗੇ ਚੜ੍ਹਦੀ ਕਲਾ
ਸਾਰਿਆਂ ਨੂੰ ਫਿਰ ਤੋਂ ਇੱਕ ਵਾਰੀ ਬਹੁਤ-ਬਹੁਤ ਮੁਬਾਰਕਾਂ ਧਿਆਨ ਨਾਲ ਜਾਣਾ ਤੁਸੀਂ ਸਾਰੇ ਹੀ ਆਪਣਾ ਖਿਆਲ ਰੱਖਣਾ ਮਾਲਕ ਸਾਰਿਆਂ ਤੇ ਕਿਰਪਾ ਬਣਾਈ ਰੱਖੇ ਥੈਂਕ ਯੂ ਡਿੰਪੀ ਜੀ